ਡੈਡੀ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਪੁੱਛਣੀ ਭੁੱਲ ਗਈ। ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ? ਤੁਸੀਂ ਕੈਮਰੇ 'ਚ ਨਾਲ ਦੀ ਨਾ ਦੇਖ ਲਿਆ ਸੀ? ਓਹੋ, ਉਹ ਮੈਂ ਨਾ ਦੇਖਾਂ ਚਾਹੇ ਨਾ ਦੇਖਾਂ, ਕੈਮਰੇ 'ਚ ਉਹ ਬੈਠਾ ਨਾ ਮੇਰਾ ਪਰਮਾਤਮਾ, ਉਹਦੇ ਸਾਰੇ ਕਿਤੇ ਕੈਮਰੇ ਲੱਗੇ ਹੁੰਦੇ ਪੁੱਤ, ਮੈਂ ਤਾਂ ਉਸੇ ਤੇ ਵਿਸ਼ਵਾਸ ਰੱਖਦਾਗਾ। ਸਹੀ ਗੱਲ ਆ ਡੈਡੀ ਹਾਂ, ਜੀ, ਆਪਣੇ ਕੈਮਰੇ 'ਚ ਕੁਛ ਕਰਦੇ, ਜਿਹੜਾ ਉਹਦਾ ਕੈਮਰਾ ਲੱਗਿਆ ਨਾ ਉਹਦੇ ਨਾਲ ਤਾਂ ਲਾਈਟ ਭੱਜੇ, ਨਾ ਕੁਛ ਹੋਵੇ, ਨਾ ਉਹਨੂੰ ਕੋਈ ਫੇਲ ਕਰ ਸਕੇ, ਉਹ ਹਰ ਵਕਤ ਲੱਗੇ ਰਹਿੰਦਾ ਹੈਗਾ। ਇਹ ਤਾਂ ਗੱਲ ਮੰਨਦੇ ਨੇ ਤੂੰ? ਬਸ ਪਰਮਾਤਮਾ ਦਾ ਨਾਂ ਲੈ ਲਓ, ਪਰਮਾਤਮਾ ਹਾਜ਼ਰ ਹੋ ਜਾਂਦਾ, ਫਿਰ ਤੂੰ ਦੇਖ ਕਿਆ ਕਿਆ ਹੁੰਦਾ। ਬਸ ਪਰਮਾਤਮਾ ਦੇ ਭਰੋਸਾ ਰੱਖਿਆ ਕਰ, ਸਾਰਾ ਕੁਝ ਵਿੱਚ ਹੀ ਹੁੰਦਾ, ਜਿੰਨਾ ਵੀ ਮਰਜ਼ੀ ਔਖਾ ਸਮਾਂ ਹੋਵੇ ਪਰਮਾਤਮਾ ਨੂੰ ਨਾ ਭੁੱਲੀ। ਬਸ ਪਰਮਾਤਮਾ 24 ਘੰਟੇ ਤੇਰੇ ਨਾਲ ਰਹੂਗਾ, ਇਹ ਗੱਲ ਮੈਂ ਤੈਨੂੰ ਵਾਅਦਾ ਨਾ ਕਹਿ ਸਕਦਾ। ਨਾ ਨਾ ਡੈਡੀ ਜੀ, ਪਰਮਾਤਮਾ ਤਾਂ ਪਰਮਾਤਮਾ ਨੂੰ ਮੈਂ ਵੀ ਓਨਾ ਹੀ ਮੰਨਦੀ ਆ ਜਿੰਨਾ ਤੁਸੀਂ ਮੰਨਦੇ ਹੋ। ਬਸ ਸਿਰਫ ਐ ਹੁੰਦਾ, ਕਦੇ ਕਦੇ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਆ ਵੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਹੁਣ ਕਰੀਏ ਕੀ। ਹੁਣ ਮੇਰੇ ਨਾਲ ਮੈਨੂੰ ਪਹਿਲਾਂ ਵਾਲੀ ਚੀਜ਼ਾਂ ਤਾਂ ਚਲੋ ਮੈਂ ਭੁੱਲ ਗਈ, ਉਦੋਂ ਮੈਂ ਛੋਟੀ ਸੀਗੀ, ਉਦੋਂ ਇੰਨਾ ਪਤਾ ਵੀ ਨਹੀਂ ਸੀ। ਆ ਹੁਣ ਜਦੋਂ ਮੈਂ ਹੋਸ਼ ਵਾਸ ਸੰਭਾਲਿਆ, ਮੇਰੇ ਨਾਲ ਪਹਿਲੀ ਵਾਰ ਇਹੋ ਜਿਹਾ ਕੁਛ ਹੋਇਆ, ਉਹ ਤਾਂ ਕਰਕੇ ਨਾ ਥੋੜ੍ਹੀ ਜਿਹੀ ਮੈਂ ਘਬਰਾ ਗਈ ਸੀ। ਮੈਂ ਤਾਂ ਉੱਥੇ ਬੈਠੀ ਇਹੀ ਗੱਲ ਸੋਚਦੀ ਸੀ ਵੀ ਇਦੋਂ ਤਾਂ ਮੈਂ ਬਾਹਰੋਂ ਆਉਂਦੀ ਨਾ, ਉੱਥੇ ਹੀ ਠੀਕ ਸੀਗੀ। ਚੱਲ ਕੋਈ ਗੱਲ ਨਹੀਂ, ਹੁਣ ਸਾਰੀਆਂ ਗੱਲਾਂ ਤੋਂ ਦਿਮਾਗ ਚੋਂ ਕੱਢ ਦੇ। ਤੇ ਡੈਡੀ ਜੀ, ਉਹਨਾਂ ਨੂੰ ਫਿਰ ਕੋਈ ਕਾਰਵਾਈ ਨਹੀਂ ਪਾਈ? ਉਹਨਾਂ ਨੂੰ ਫੜਿਆ ਫੁੜਿਆ ਨਹੀਂ ਕਿਸੇ ਨੂੰ? ਉਹ ਪੁੱਤਾ, ਮੈਂ ਦੇਖੋ ਦੱਸਣ ਤਾਂ ਉਹੀ ਆਇਆ ਸੀਗਾ, ਆਵਾਂ ਗੱਲਾਂ ਗੱਲਾਂ 'ਚ ਭੁੱਲ ਗਿਆ, ਉਹ ਤਾਂ ਕੱਲ੍ਹ ਫੜਿਆ ਗਿਆ। ਅੱਛਾ, ਦੋਨੇ ਫੜੇ ਗਏ? ਦੋਨੇ ਫੜੇ ਗਏ, ਇੱਕ ਤਾਂ ਉਦੋਂ ਹੀ ਫੜ ਲਿਆ ਸੀ, ਇੱਕ ਆ ਕੱਲ੍ਹ ਫੜਿਆ ਗਿਆ। ਅੱਛਾ, ਮੈਂ ਕਿਹਾ ਇੱਕ ਤਾਂ ਭੱਜ ਗਿਆ ਸੀ ਉੱਥੇ, ਜਿਹੜਾ ਭੱਜ ਗਿਆ ਸੀ ਉਹ ਫੜਿਆ ਗਿਆ, ਉਹ ਉਦਾਂ ਹੀ ਵਾਲਾ। ਬੜੇ ਬਦਤਮੀਜ਼ ਸੀਗੇ ਡੈਡੀ ਜੀ ਉਹ, ਐਡੇ ਐਡੇ ਵਾਲ ਰੱਖੇ ਹੋਏ ਸੀ ਨਾ ਉਹਨਾਂ ਨੂੰ। ਪਤਾ ਨਹੀਂ ਇਹਨਾਂ ਦੇ ਘਰੇ ਨਹੀਂ ਹੁੰਦੇ ਹੋਣੀ, ਇਹਨਾਂ ਦੀ ਭੈਣਾਂ ਜਾਂ ਮਾਂ ਪਿਓ ਹੁੰਦੇ ਨਹੀਂ ਹੈਗੇ, ਇਹ ਨਹੀਂ ਸੋਚਦੇ ਕੱਲ ਨੂੰ ਉਹਨਾਂ ਨਾਲ ਇਹ ਜਿਹਾ ਕੁਛ ਅਸੀਂ ਕਰੀਏ ਫਿਰ। ਓਹੋ, ਜਿਹੜਾ ਤੂੰ ਕਹਿੰਦੀ ਭੱਜ ਗਿਆ ਸੀ ਉਹਦੇ, ਜਿਹੜੇ ਉਹਦੇ ਘਰ ਵਾਲੇ, ਉਹ ਵੀ ਇਸੇ ਕੰਮ 'ਚ ਲੱਗੇ ਵੀ ਤੈਨੂੰ ਮਿਲਾਉਂਗਾ, ਕਦਨ 'ਚ ਫੜ ਲਿਆ ਉਹ ਤੈਨੂੰ ਮਿਲਾਉਂਗਾ ਉਹਦੇ ਨਾਲ ਵੀ ਮੈਂ। ਨਾ ਡੈਡੀ, ਮੈਂ ਨਹੀਂ ਮਿਲਣਾ ਹੈਗਾ, ਮੈਂ ਕਾਹਤੋਂ ਮਿਲਣਾ ਉਹਨਾਂ ਨਾ। ਦੇਖਣ 'ਚ ਤੈਨੂੰ ਐਂ ਲੱਗੂ, ਫਿਰ ਤੈਨੂੰ ਪਤਾ ਲੱਗ ਜੂ ਪੰਜਾਬ 'ਚ ਇਹੋ ਜਿਹੇ ਪਏ ਆ, ਅੱਜ ਕੱਲ੍ਹ ਵਿਸ਼ਵਾਸ ਕਰਨਾ ਇੱਥੇ ਕਿਸੇ ਦੇ ਕੰਮ ਹੀ ਘੱਟ ਕਰਿਆ ਕਰ, ਪਹਿਲਾਂ ਵਿਸ਼ਵਾਸ ਕਰਕੇ ਤਾਂ ਮੈਂ ਫਸ ਜਾਂਦਾ ਸੀ, ਹੁਣ ਤੈਨੂੰ ਪਤਾ ਤਾਂ ਲੱਗੂਗਾ ਵੀ ਦੇਖਣ 'ਚ ਕਿਹੋ ਜਿਹੀ ਲੱਗਦੀ, ਦੇਖਣ 'ਚ ਤਾਂ ਐਂ ਲੱਗੂ ਵੀ ਆਪ ਦੁਬਈ ਆ ਤੇ ਕੰਮ ਕੀ ਕਰਦੀ ਆ ਉਹ। ਡੈਡੀ ਜੀ ਸੋਰੀ, ਅੱਜ ਤੋਂ ਬਾਅਦ ਨਾ ਮੈਂ ਤੁਹਾਡੀ ਗੱਲ ਮੰਨੂਗੀ, ਜਿਵੇਂ ਕਹੋਗੇ ਨਾ ਮੈਂ ਉਵੇਂ ਹੀ ਕਰੂੰਗੀ, ਬਿਨਾਂ ਸਿਕਿਉਰਿਟੀ ਤੋਂ ਮੈਂ ਬਾਹਰ ਨਹੀਂ ਜਾਂਦੀ ਹੈਗੀ। ਜੇ ਤੁਸੀਂ ਕਿਹਾ ਕਰੋਗੇ ਤਾਂ ਮੈਂ ਤੁਹਾਡੇ ਨਾਲ ਹੀ ਜਾਇਆ ਕਰੂੰਗੀ, ਮੈਂ ਹੁਣ ਤੁਹਾਨੂੰ ਨਾ ਹੋਰ ਫਿਕਰ 'ਚ ਨਹੀਂ ਪਾਉਣਾ ਹੈਗਾ, ਪਹਿਲੇ ਤੁਹਾਡੇ ਦਿਮਾਗ 'ਤੇ ਬਹੁਤ ਲੋਡ ਰਹਿੰਦਾ। ਚਲੋ ਪੁੱਤਾ, ਤੂੰ ਤੈਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ, ਮੇਰੇ ਵਾਸਤੇ ਇੰਨੇ ਬਹੁਤ ਆ, ਬਸ ਕੋਈ ਗੱਲ ਨਹੀਂ, ਤੂੰ ਹੁਣ ਐਂ ਕਰ ਨਾ ਧੋ ਲੈ, ਜੇ ਕਿਤੇ ਅੱਜ ਬਾਹਰ ਜਾਣਾ ਤੈਨੂੰ ਮੈਂ ਗੇੜਾ ਦਬਾ ਲਿਆਉਂਗਾ। ਨਾ ਡੈਡੀ, ਅੱਜ ਨਹੀਂ ਜਾਣਾ ਹੈਗਾ, ਮੇਰਾ ਸਿਰ ਜਿਹਾ ਦਰਦ ਹੋ ਰਿਹਾ। ਚੱਲ ਜਦੋਂ ਵੀ ਜਾਣਾ ਹੋਇਆ ਮੈਨੂੰ ਦੱਸ ਦੇ। ਹਾਂ ਡੈਡੀ, ਕੋਈ ਗੱਲ, ਚਾਹੇ ਜੇ ਜਾਣਾ ਹੋਵੇ ਸੋਨੀ ਨੂੰ ਨਾਲ ਲੈ ਜਾ ਕਰ, ਜੇ ਮੈਨੂੰ ਨਹੀਂ ਵੀ ਲਿਜਾਣਾ ਸੋਨੀ ਨੂੰ ਲੈ ਜਾ ਕਰ, ਜਾਂ ਹੋਰ ਕੁੜੀ ਨੂੰ ਲੈ ਜਾ ਕਰ, ਜਾ ਕੇ ਗੇੜਾ ਕੱਢਿਆ ਕਰ, ਐਂ ਕੁਛ ਨਹੀਂ ਹੁੰਦਾ, ਆਪਾਂ ਅੰਦਰ ਵੜ ਕੇ ਥੋੜੀ ਬੈਠਣਾ ਗਾ। ਡੈਡੀ ਅੰਦਰ ਵੜ ਕੇ ਤਾਂ ਨਹੀਂ ਬਹਿਣਾ, ਮੈਂ ਪਤਾ ਕਿੰਨਾ ਡਰ ਗਈ ਸੀ, ਮੈਂ ਸੋਚਿਆ ਪਹਿਲਾਂ ਤਾਂ ਮੈਂ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਬਾਹਰ ਖਰਾਬ ਕਰਤੇ, ਹੁਣ ਮੈਂ ਜਦ ਆਪਣੇ ਡੈਡੀ ਕੋਲ ਆਈ ਹਾਂ ਵੀ ਹੁਣ ਕਿਤੇ ਮੈਨੂੰ ਮਾਰ ਨਾ ਦੇਣ, ਮੈਂ ਫੇਰ ਆਪਣੇ ਡੈਡੀ ਤੋਂ ਦੂਰ ਹੋ ਜਾਊਂਗੀ। ਆ ਤਾਂ ਗੱਲ ਸੋਚ ਲਈ, ਦੁਬਾਰੇ ਇਹ ਗੱਲ ਨਾ ਸੋਚ ਲਈ, ਕਿਸੇ ਦੀ ਇੰਨੀ ਜ਼ਰੂਰਤ ਹੈ ਨਹੀਂ ਜਿਹੜਾ ਤੈਨੂੰ ਮੈਥੋਂ ਦੂਰ ਕਰ ਦੂਗਾ, ਉਹ ਮੈਨੂੰ ਮੇਰੇ ਪਰਮਾਤਮਾ ਤੇ ਭਰੋਸਾ ਗਾ ਬਸ। ਠੀਕ ਹੈ, ਠੀਕ ਹੈ, ਆਹੋ ਕੋਈ ਗੱਲ ਨਹੀਂ, ਹੋ ਜਾਂਦੀ ਹੈ, ਕੋਈ ਗੱਲ ਨਹੀਂ, ਹੋ ਗਈ ਹਵਾ ਗਈ, ਦਿਮਾਗ 'ਚੋਂ ਗੱਲ ਕੱਢ ਦੇ, ਇੱਕੋ ਕਾ ਐਂ ਮੰਨ ਲਾ ਜਿਵੇਂ ਇੰਸੀਡੈਂਟ ਹੋਏ, ਹਾਸਤਾ ਹੁੰਦਾ, ਉਹ ਕੱਢ ਦੇ, ਕੋਈ ਗੱਲ ਨਹੀਂ, ਉਹ ਦਿਮਾਗ ਨੂੰ ਨਾ ਉਹ ਗੱਲ 'ਚੋਂ ਕੱਢ ਦੇ, ਉਹ ਫੜੇ ਗਏ ਬਸ। ਠੀਕ ਹੈ, ਹਾਂ ਹੁਣ ਤੂੰ ਖੁੱਲ੍ਹ ਗਿਆ ਜੀ, ਜਿੱਥੇ ਜਾਣਾ ਮਰਜ਼ੀ ਜਾ। ਠੀਕ ਹੈ, ਆਹ ਚੱਲ ਤੂੰ ਹੁਣ ਆਰਾਮ ਕਰ। ਓ ਮਾ, 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 ਓ
ਵੈਸੇ ਨਾ ਤੂੰ ਮੇਰਾ ਨਾਂ ਨੀ ਜਾਣਦਾ, ਸਮਝ ਗਿਆ? ਚਤਰ ਸਿੰਘ ਚੰਡਾਲ ਕਹਿੰਦੇ ਨੇ ਮੈਨੂੰ, ਚਤਰ ਸਿੰਘ ਚੰਡਾਲ। ਉਹੋ ਜੀ ਤੁਸੀਂ? ਹਾਂ, ਖਸਾਰ ਤਹਾਂ ਚੱਕ, ਹਜੇ ਹਜੇ ਸਿੱਧਾ ਹੋ ਗਿਆ। ਹੈਲੋ, ਹਾਂ ਮੈਡਮ ਜੀ, ਆਓ ਦੱਸੋ ਕੀ ਕਰਨਾ ਜੀ? ਹਜੇ ਹਜੇ ਮੰਨ ਗਿਆ ਮੈਂ, ਦੱਸੀ ਜਾਣਾ ਹੁਣ, ਦੱਸੀ ਜਾਣਾ ਆ ਪਿਆ ਕੀਤਾ ਜੀ ਭੂਗ ਵਰਗਾ, ਮੰਨੂਗਾ ਹਜੇ 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 ਤੂੰ ਦੱਸ ਫਿਰ ਕੀ ਪੈਸਾ ਮਾਰੇ ਨੀ ਕੀਤਾ ਜੀ ਹਰਾ ਕੁਛ, ਕਿਹਾ ਕਿਸੀ ਟਰਾਂ ਵਾ ਇੱਕ ਅਮਨਾ ਉਹਦੀ ਮਾਮੀ, ਉਹਦੀ ਮਾਮੀ ਅਮਨਾ ਕੁੜੀ ਦੀ ਮਾਮੀ ਨਾ, ਮੈਨੂੰ ਐਂ ਦੱਸ ਐਮਐਲਏ ਦੀ ਕੁੜੀ ਆ ਉਹਦੇ ਮਾਮੀ। ਉਹ ਨਾ ਮੇਰੀ ਗੱਲ ਸੁਣੋ, ਇਹ ਤੁਸੀਂ ਇਹ ਪੈਸਾ ਕਿੱਥੇ ਤੁਸੀਂ ਦੁਨੀਆ ਨਾਲ ਐਂ ਕਰੀਏ ਵੀ, ਹੈ ਪੈਸੇ ਕਿੱਥੇ, ਸਿਰਫ ਇਨਸਾਨੀਅਤ ਖਤਮ ਹੋ ਗਈ ਹੋ ਤੂੰ, ਕੋਈ ਦੀਨ ਧਰਮ ਨਹੀਂ ਤੇਰਾ, ਗੱਲ ਰਾਣੀ ਆ ਰਾਣੀ ਮੈਡਮ, ਹੁਣ ਸਭ ਤੋਂ ਬੋਲ ਰਿਹਾ ਬੋਲੋ ਤੂੰ, ਪੰਗੇ ਲੈਣਾ ਅਸੀਂ ਤਾਂ ਬੋਲ ਲੈ ਕੰਧਾਂ ਚਮੜੀ ਪੱਟਦੀ, ਚਮੜੀ ਪੱਟਣ ਵਾਲੇ ਕੰਮ ਹੀ ਕਰਦੇ ਤੁਸੀਂ ਜੋ ਕਰਮਜੀਤ ਕੌਣ ਹੈ? ਔਖੇ ਲੈਣਾ ਸਾਹ ਹੈ, ਔਖੀ ਹੋਣਗੇ ਜੀ ਮੈਡਮ।
ਚਲੋ ਮੈਡਮ ਇਹਦਾ ਕਿਆ ਮਨ, ਮੈਂ ਦੇਖ ਲਾਂ ਦੂਜਿਆਂ ਨੂੰ। ਮੈਂ ਕਿਹੜਾ ਚਾਰ ਨੂੰ ਬੈਠੀ ਆ, ਉੱਤਿਆ ਸੀ ਅਸੀਂ ਛੱਡੀ ਬੈਠੀ ਆ, 11 ਵਜੇ ਨੇ ਅਜੇ ਹੱਥ ਦੁਖੀ ਆਂਦਾ, ਚੀਸਾਂ ਪਈ ਜਾਂਦੀਆਂ ਨੇ ਅੱਜ ਫੇਰ, ਉਹ ਠੰਡ ਨਾਲ ਦੁਖੂਗਾ ਇਹ, ਅੱਗ ਠੰਡ ਨਾਲ ਦੁਖੂਗਾ, ਇੰਨੀ ਗਰਮੀ ਸੱਗ ਵਰਦੀ ਸੀਗੀ, ਮੈਂ ਬਿੰਦਕ ਛੱਡਿਆ ਸੀ, ਰੋਟੀ ਵੀ ਅੱਜ ਤਾਂ ਮੈਂ ਚਾਚੀ ਤੋਂ ਲਹਾਈ ਹੈਗੀ, ਉਹ ਗਰਮੀ ਤੇ ਪਹਿਲਾਂ ਪੈਂਦੀ ਸੀ, ਹੈ ਗਰਮੀ ਇੰਨੀ ਪੈਂਦੀ, ਲੋ ਚੱਲਦੀ ਲੋ, ਨਾ ਕੂਲਰ ਨਾ ਪੱਖਾ ਹੁੰਦਾ ਸੀ, ਹੈ ਹੁਣ ਸਾਨੂੰ ਏਸੀ ਨਜ਼ਾਰੇ ਆਉਂਦੇ ਆ ਉਹਨੂੰ, ਅੱਛਾ ਹਾਂ ਅਜੇ ਮਾੜੀ ਗਰਮੀ ਪੈਣ ਲਈ ਤੇ ਪੈਣ ਲੱਗੀ ਪਊਗੀ ਅੱਗੇ, ਦੇਖ ਗਰਮੀ ਚ ਲੋਕ ਝੋਨਾ ਦੇ ਕਿਵੇਂ ਲਾਉਂਦੇ ਗਰੀਬ ਬੰਦੇ, ਹੈ ਹਾਂ ਹਾਂ ਲਾਉਂਦੇ, ਦਰਦਾ ਪਾਣੀ ਹੁੰਦਾ ਉੱਤੋਂ ਸੂਰਜ ਵਰਦਾ ਹੁੰਦਾ, ਹੈ ਰੱਬ ਤਾਂ ਮੈਨੂੰ ਵੀ ਨੀ ਮਿਲਿਆ, ਫੇਰ ਗੱਲ ਸੁਣ ਲਾ ਪਹਿਲਾਂ ਮੇਰੀ ਪੂਰੀ ਤਾਂ ਹੋ ਲੈਂਦੇ, ਨਾ ਮੈਂ ਮੰਦਰਾਂ ਚ ਦੇਖਿਆ ਗੁਰਦੁਆਰਾ, ਨਾ ਗੁਰਦੁਆਰਿਆਂ ਚ, ਨਾ ਮਸੀਤਾਂ, ਕਿੱਥੇ ਨੀ ਰੱਬ ਦਿਸਿਆ, ਰੱਬ ਦਿਸਿਆ ਮੈਨੂੰ ਕਿੱਥੇ, ਬੰਦੇ ਦੇ ਅੰਦਰ, ਬੰਦੇ ਦੇ ਅੰਦਰ, ਹਾਂ ਬੰਦੇ ਦੇ ਅੰਦਰ ਕਿਵੇਂ ਦੇਖ ਸਕਦਾ, ਹਾਏ ਪਾਗਲ, ਹੁਣ ਗੱਲ ਸੁਣ ਲੈ, ਭਾਖ ਦਾ ਡੈਮ ਹੈ, ਹਾਂ ਲਾਈਟ ਆਉਂਦੀ ਹੈ, ਹਾਂ ਹਾਂ ਆਉਂਦੀ ਹੈ ਨਾ, 100 ਬਲਬ ਦਾ ਵਾਟ ਵੀ ਦਾ ਬਲਬ ਜਗਦਾ, 0 ਵਾਟ ਦਾ ਹੀ ਬਲਬ ਜਗਦਾ, ਹਾਂ ਚੱਲਦਾ, ਤੇ ਵੱਡੀ ਵੀ ਵੱਡੀ 1000 ਵਾਟ ਦੀ ਵੀ ਲਾਈਟ ਚੱਲਦੀ ਹੈ, ਚੱਲਦੀ ਇੱਕ ਲਾਈਟ ਦੀ ਚੱਲਦੀ ਹੈ, ਚੱਲਦੀਆਂ ਨੇ, ਉਵੇਂ ਪਰਮਾਤਮਾ ਇੱਕ ਪਰਮਾਤਮਾ ਹੀ ਹੈ, ਜਿੰਨਾ ਆਪਦੇ ਅੰਦਰ ਨਾਮ ਜਪੂਗਾ ਬੰਦਾ, ਜਿੰਨੀ ਭਗਤੀ ਕਰੂਗਾ, ਓਨੇ ਹੀ ਰੱਬ ਨੇੜੇ ਮਿਲੂਗਾ ਉਹਨੂੰ, ਉਨੀ ਊਰਜਾ ਉਨੀ ਸ਼ਕਤੀ ਦੇ ਬਾਬੇ ਦਾ, ਮੰਨ ਲਓ ਪਰਮਾਤਮਾ, ਮਤਲਬ ਮੈਂ ਪਰਮਾਤਮਾ ਨਾਮ ਜਪਦਾ, ਮੈਨੂੰ ਸਾਰਿਆਂ ਦੇ ਅੰਦਰ, ਤੇਰੇ ਅੰਦਰ ਵੀ ਪਰਮਾਤਮਾ, ਨਿੰਮ ਦੇ ਅੰਦਰ ਵੀ ਪਰਮਾਤਮਾ, ਸਾਰੇ ਜੀਵ ਜੰਤੂ ਚ ਮੈਨੂੰ ਪਰਮਾਤਮਾ ਦਿਸਦਾ, ਦਿਸਦਾ ਤੈਨੂੰ, ਓਏ ਮੇਰੇ ਮੈਂ ਦੇ ਨਾਲ ਕਿ ਮੈਂ ਪੁੱਛ ਲਿਆ, ਹਾਰ ਦਿੰਦਾ ਮੈਨੂੰ ਮਹਿਸੂਸ ਹੁੰਦਾ, ਇਹਦਾ ਐ ਨੀ ਮਤਲਬ ਤੈਨੂੰ ਐ ਫੜ ਲੈ, ਦੁਖਦੀ ਆ ਬੇ, ਦੁਖਦੀ ਆ, ਚਲ ਹਾਂ ਐ ਨੀ ਹੁੰਦਾ, ਰੱਬ ਰੱਬ ਮਹਿਸੂਸ ਕੀਤਾ ਜਾਂਦਾ ਹੁੰਦਾ, ਜਿਵੇਂ ਹਵਾ ਮਹਿਸੂਸ ਕੀਤੀ ਜਾਂਦੀ ਹੈ ਨਾ, ਹਾਂ ਕੀਤੀ ਜਾਂਦੀ ਹੈਗੀ, ਬਰਫ਼ ਠੰਡੀ ਮਹਿਸੂਸ ਕੀਤੀ ਜਾਂਦੀ ਹੈ, ਹਾਂ ਹਾਂ, ਤੇ ਖੁਸ਼ਬੂ ਹੋ ਗਈ ਮਹਿਸੂਸ, ਐਵੇਂ ਪਰਮਾਤਮਾ ਕਹਿੰਦਾ ਮਹਿਸੂਸ ਕੀਤਾ ਜਾਂਦਾ, ਐ ਥੋੜੀ ਦੇਰ ਸਾਹਮਣੇ ਆ ਜੇ ਬਾਬਾ ਵੀ ਪਰਮਾਤਮਾ, ਨਾ ਪਰਮਾਤਮਾ ਆਪ ਹੀ ਤਾਂ ਤੂੰ ਕਹਿਣਾ ਨਾ, ਓਕੇ ਰੱਬ ਐਨ ਪਤਾ ਕਦੋਂ ਕਿਤੇ ਵੀ ਆ ਸਕਦਾ, ਸਾਰੀ ਦੁਨੀਆਂ ਚੰਗੇ ਦਿਸਣ ਲੱਗ ਗਏ ਬੰਦੇ, ਕਿਸੇ ਦੀ ਖੋਟ ਨੀ ਦੀਨੀ, ਉਹ ਚੋਰੀ ਕਰਦਾ ਉਹ ਵੀ ਕਹੂਗਾ ਹਾਂ ਇਹ ਪਰਮਾਤਮਾ ਦੀ ਰਜਾ, ਇਹਦਾ ਕੋਈ ਪਾਪ ਕੀਤਾ ਉਹ ਤਾਂ ਵੀ ਚੋਰ, ਪਰਮਾਤਮਾ ਦੀ ਰਜਾ ਤਾਂ ਕਰਕੇ ਚੋਰ ਤੇ ਵੀ ਖੁਸ਼ ਹੋਊਗਾ, ਚੋਰ ਨੂੰ ਵੀ ਮਾੜਾ ਕਹੂਗਾ, ਹੁਣ ਜਿਵੇਂ ਤੂੰ ਆ ਹਨਾ, ਤੈਨੂੰ ਕੋਈ ਮਾੜਾ ਨੀ ਕਹਿੰਦਾ, ਚੰਗਾ ਕਹਿੰਦੇ ਨੇ ਸਾਰੇ, ਮੈਂ ਵੀ ਚੰਗਾ ਕਹਿੰਦੀ ਹਾਂ ਤੈਨੂੰ, ਹਾਂ ਚੰਗਾ ਮੈਂ ਚੰਗਾ ਤਾਂ ਹੀ ਚੰਗਾ ਕਹਿੰਦੀ ਹਾਂ, ਮਾੜਾ ਸਵਾ ਚੰਗਾ ਕਹਿੰਦੀ ਹਾਂ ਮੈਂ, ਉਹ ਗੱਲ ਸੁਣ ਲੈ, ਗੱਲ ਮਾਰੀ ਹੋ ਨਾ ਕਰਿਆ ਕਰ, ਪਰਮਾਤਮਾ ਦੀ ਰਜਾ ਚ ਰਹੀ ਹੁੰਦਾ, ਕੁਦਰਤ ਸਾਰੀ ਪਰਮਾਤਮਾ ਦੇਖ ਲੈ, ਹੁਣ ਆਪਾਂ ਆਹ ਦੇਖ ਲੈ, ਪਰ ਇੱਕ ਤਰ੍ਹਾਂ ਦਾ ਪਰਮਾਤਮਾ ਨੂੰ ਮੈਂ ਹੋਰ ਉਦਾਹਰਨ ਦੇਵਾਂ, ਉਦਾਹਰਨ ਹੁਣ ਦੇਖ ਲੈ ਪਰਮਾਤਮਾ, ਮੰਨ ਲਓ ਆਪਾਂ ਇੱਕ ਰਿਬੋਟ ਬਣਾ ਤਾ, ਬੋਲੇ ਵਾਲਾ ਬੰਦਾ ਬਣਾ ਤਾ ਨਾ, ਬੰਦੇ ਨੇ ਬਣਾਇਆ ਨਾ, ਜਿੰਨੇ ਉਹਦੇ ਵਿੱਚ ਸ਼ਬਦ ਪਾਊਗਾ
ਉਹਨੇ ਹੀ ਬੋਲ ਸਕਦਾ, ਉਹਨੇ ਬੋਲੂ ਨਾ ਵੋਟ, ਉਹਨੇ ਬੋਲੂਗਾ, ਉਵੇਂ ਹੀ ਗੱਲ ਰੱਬ ਦੀ ਹੈ। ਜਿੰਨੇ ਰੱਬ ਨੇ ਬੰਦੇ ਦੇ ਬੰਦੇ ਬੋਲ ਪਾ ਤੇ, ਜਿੰਨਾ ਉਹਦੇ ਟਾਈਮ ਪਾ ਤਾ, ਜਿੰਨਾ ਦਾਣਾ ਪਾਣੀ ਪਾ ਤਾ, ਉਹਦੇ ਵਿੱਚ ਪਾ ਤੀ, ਇੱਕ ਤਰ੍ਹਾਂ ਚਿੱਪ ਫਿੱਟ ਕਰਤੀ ਬੰਦੇ ਦੀ, ਉਨਾ ਚਿਰ ਹੀ ਰਹੂਗਾ। ਉਦੋਂ ਬਾਅਦ ਆਹ ਗੱਲ ਹੁਣ ਪਤਾ ਲੱਗ ਗਿਆ ਨਾ ਸਹੀ, ਅੱਖਾਂ ਮੀਚ ਕੇ ਇਹ ਆ ਨਿਗਾਹ ਇੱਥੇ ਇੱਥੇ ਟਿਕਾਵੇ, ਇੱਥੇ 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 ਐ ਟਿਕਾ ਕੇ, ਐ ਟਿਕਾ ਲਈ ਨਿਗਾਹ, ਫਿਰ ਉਸ ਮਰਜ਼ੀ ਨਾਮ ਸਾਹਿਬ ਜਪਾ। ਪਰਮਾਤਮਾ ਸਾਰੇ ਨਾਮ ਪਰਮਾਤਮਾ ਦੇ ਹੀ ਹੈ, ਵਾਹਿਗੁਰੂ, ਸਤਨਾਮ, ਹੋਰ ਕਿਹੜਾ ਮਰਜ਼ੀ ਜਪ ਲਓ, ਓਮ ਨਮਃ ਸਵਾਏ ਜੈ ਮਾਤਾ, ਕਿਹੜਾ ਮਰਜ਼ੀ ਪਰਮਾਤਮਾ ਨਾਮ ਇੱਕ, ਪਰ ਰਹੋ ਇੱਕ ਦੇ, ਬਸ ਐਂ ਕਰਕੇ ਐਂ ਜਪੀ ਜਾਓ, ਓਮ ਨਮੋ ਸਵਾਏ ਸਤਨਾਮ ਵਾਹਿਗੁਰੂ। ਬਹਾਨੇ ਜਿਹੇ ਨਾ ਲਾ, ਹੁਣ ਵਾਪਸ ਆ ਜਾ, ਹਾਂ ਭਗਤੀ ਕਰੀ, ਭਗਤੀ ਕਰਿਆ ਕਰਦੇ ਨੇ, ਬੈਠ ਨਾ ਖੇਤ ਜਾਣਾ, ਖੇਤ ਜਾਣਾ, ਹਾਂ ਲੈਟ ਕੱਟ ਗਿਆ ਬਾਪੂ, ਰੋਟੀ 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 ਬਣਾਈ ਪਈ ਆ ਚਾਚੀ, ਬਣਾ ਗਈ, ਬਾਪੂ ਕਹਿੰਦਾ ਲੈਟ ਆ ਰਹੀ ਹੈਗੀ, ਹੁਣ ਪੈ ਗਿਆ ਭਗਤੀ ਲਾ ਕੇ ਏਸੀ ਦੇ ਥੱਲੇ, ਪਾਣੀ ਕੱਲ ਨੂੰ ਲਾ ਲਾਂਗੇ, ਰੋਟੀ ਵੀ ਕੱਲ ਨੂੰ ਖਾ ਲਾਂਗੇ, ਕੁਛ ਨਹੀਂ ਚੱਲ ਕੱਲ ਨੂੰ ਚੱਲ ਜਾਣਾ, ਫਿਰ ਮੈਂ ਰੋਟੀ ਲਿਆ, ਰੋਟੀ ਲਿਆ, ਮੋਹਨ ਨਾ ਬਹਿ ਗਿਆ ਏਸੀ ਥੱਲੇ, ਚੱਲ ਰਹਿਣ ਦੇ ਰਹਿਣ ਦੇ, ਤੂੰ ਨਾ ਉੱਠ, ਤੇਰੇ ਹੱਥ ਦੋ ਤਾਂ, ਚੱਲ ਫਿਰ ਤਾਂ ਠੀਕ ਹੈ, ਬਹਾਨੇ ਨਾਲ ਹੀ ਜਾ ਵੜੂੰਗੀ। ਹੋਰ ਦੱਸੋ ਜਤਰ ਸਿੰਘ, ਠੀਕ ਹੈ ਜਨਾਬ, ਪੂਰਾ ਵਧੀਆ ਜੀ, ਚਲੋ ਚੰਗੀ ਗੱਲ, ਛੋਟੇ ਹੁੰਦੇ ਸਾਨੂੰ ਕਾਹਦਾ ਫਿਕਰ ਹੈ ਜੀ, ਫਿਕਰ ਤਾਂ ਹੈ ਨੀ ਗਾ, ਤੇ ਸਾਨੂੰ ਵੀ ਕੋਈ ਫਿਕਰ ਨੀ ਫਿਰ ਛੋਟੇ ਹੁੰਦੇ, ਉਹ ਛੋਟੀਆਂ ਤਾਂ ਧੀ ਖਾਂਦੇ ਆ ਜਨਾਬ, ਨਾ ਉਹ ਤਾਂ ਠੀਕ ਹੈ, ਗੱਲ ਤਾਂ ਐ ਫਿਰ ਕੁਛ ਮੰਨਿਆ ਉਹ ਜਨਾਬ, ਸਾਡੇ ਹੁੰਦੇ ਨੀ ਮੰਨੂ, ਆਨਾ ਆਨਾ ਮਨਾ ਲਿਆ ਜੀ ਅਸੀਂ ਉਹਨੂੰ, ਮੰਨ ਗਿਆ, ਹਾਂਜੀ ਹਾਂ, ਸੁਪਰ ਹੈ, ਬੰਦਾ ਬਹੁਤ ਖਤਰਨਾਕ ਆ ਉਹ ਵੀ, ਬੰਦਾ ਜੇ ਖਤਰਨਾਕ ਆ, ਇੱਧਰ ਚਤਰ ਸਿੰਘ ਚੰਡਾਲ ਕਿਹੜਾ ਘੱਟ ਹੈ, ਤੇਰੀ ਡਿਊਟੀ ਕਿਉਂ ਲਾਈ ਇੱਥੇ, ਤੁਸੀਂ ਸੋਚ ਕੇ ਲਾਇਆ ਜੀ, ਉਹ ਸੋਚ ਕੇ ਲਾਈ ਹੈ ਨਾ, ਹਾਂਜੀ ਹਾਂਜੀ, ਬੰਦੇ ਤਾਂ ਹੋਰ ਵੀ ਬਥੇਰੇ ਸੀਗੇ, ਬਿਲਕੁਲ ਸਰ, ਆਹੀਂ ਤੁਹਾਨੂੰ ਬੁਲਾਇਆ ਹੈ, ਬਿਲਕੁਲ ਸਰ, ਬਸ ਫਿਰ, ਤੇ ਇੱਕ ਇਹਦੇ ਘਰ ਵਾਲੀ ਹੈ, ਇਹਦੇ ਘਰ ਵਾਲੀ ਵੀ ਹੈ ਜੀ, ਇਸੇ ਦੇ ਘਰ ਵਾਲੀ ਹੈ, ਠੀਕ ਹੈ ਸਰ, ਤੇ ਇੱਕ ਆਪਣਾ ਆਪਣੇ ਪੁਲਿਸ ਮੁਲਾਜ਼ਮਾਂ ਸੀਗਾ ਪਹਿਲਾਂ ਡਿਊਟੀ ਕਰਦੇ, ਸੀਤਾ ਰਾਮ, ਸੀਤਾ ਰਾਮ ਜੀ, ਸੀਤਾ ਰਾਮ, ਸੀਤਾ ਰਾਮ, ਠੀਕ ਹੈ ਸਰ, ਤੇ ਹੁਣ ਤਾਂ ਉਹਦੀ ਵਰਦੀ ਲੈ ਚੁੱਕੀ ਹੈ, ਠੀਕ ਹੈ ਸਰ, ਤੇ ਉਹਨੂੰ ਵੀ ਫੜਨਾ ਗਾ ਆਪਾਂ, ਉਹ ਵੀ ਇਹਦੇ ਨਾਲ ਗਰੁੱਪ 'ਚ ਹੀ ਹੈ, ਤੁਸੀਂ ਬੇਫਿਕਰ ਹੋ MLA ਸਾਹਿਬ, ਚਤਰ ਸਿੰਘ ਚੰਡਾਲ ਕੱਲੇ ਕੱਲੇ ਨੂੰ ਭੜਕਾ ਦੂ, ਬਸ ਅਸੀਂ ਤੁਹਾਨੂੰ ਇੱਥੇ ਸੱਦਿਆ ਗਾ, ਟਾਈਮ ਪਹਿਲਾਂ ਬਹੁਤ ਲੰਘ ਗਿਆ, ਪਰ ਹੁਣ ਇਹਨਾਂ ਨੇ ਨਾ ਪਹਿਲਾਂ ਚੱਲੀ ਜਾਂਦਾ ਸੀਗਾ, ਹੁਣ ਤੈਨੂੰ ਪਤਾ ਹੀ ਆ, ਇਹਨਾਂ ਨੇ MLA ਦੇ ਧੀ ਨੂੰ ਹੱਥ ਪਾ ਲਿਆ, ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਤਾਂ ਕਰਕੇ ਤੈਨੂੰ ਬੁਲਾਇਆ ਗਾ, ਇਸੇ ਕਰਕੇ ਜਨਾਬ ਕੱਲਾ ਕੱਲਾ ਉਹਦਾ ਮੈਂ ਸਾਰਾ ਕੁਛ ਸੈੱਟ ਕਰਤਾ, ਥੱਲੇ ਤੋਂ ਲੈ ਕੇ ਉੱਪਰ ਤੱਕ ਵੜਤਾ ਉਹਨੂੰ ਪੂਰਾ ਡੰਡੇ ਨਾਲ, ਬਸ ਫਿਰ ਅਸੀਂ ਹੋਣਾ ਚਾਹੀਦਾ ਸੀਗਾ, ਥੋੜਾ ਜਿਹਾ ਹੰਕਾਰ ਜ਼ਿਆਦਾ ਸੀ ਉਹਦੇ, ਹੰਕਾਰ ਕੀ ਜਨਾਬ, ਮੈਨੂੰ ਹਜੇ ਪੁੱਠਾ ਬੋਲਦਾ ਸੀ ਉਹ, ਮਖਾ ਤੂੰ ਜਾਣਦਾ ਨਹੀਂ ਚਤਰ ਸਿੰਘ ਚੰਡਾਲ ਨੂੰ, ਜੇ ਆ ਗੱਲ ਆ ਕੀਰਾਂ ਦੇ ਉੱਪਰ ਜੀ ਹੋਰ ਲਾ ਦੇ, ਫਿਰ ਲਾ ਲਾਂਗੇ ਜਨਾਬ, ਫਿਰ ਕੱਚ ਹੈ ਨਾ, ਜੇ ਸੇਵਾ ਹੀ ਕਰਨ ਲੱਗ ਗਏ ਸਮਾਰ ਕੇ ਕਰ ਦਿਓ, ਬਿਲਕੁਲ ਸਰ, ਰਾਣੀ ਸੇਵਾ ਸਮਾਰ ਕੇ ਕਰਾ ਦਿਓ, ਕੱਚ ਨਾ ਰਹਿ ਜੇ ਕੋਈ, ਹਾਂ ਆਪਣੀ ਗੁੜੀਆ ਜੀ ਨੇ ਚਕਾਈ ਸੀ,
ਉਹਨਾਂ ਦਾ ਨਾਮ ਵੀ ਸੰਬੋਧਨ ਕਰ ਰਿਹਾ ਸੀ ਉੱਥੇ। ਕਿਹੜੇ ਕਿਹੜੇ ਦੱਸੇ ਸੱਚਾ? ਆ ਦੱਸੋ ਮੈਡਮ ਜੀ ਕਿਹੜੇ ਕਿਹੜੇ ਬੰਦੇ ਨੇ? ਕਰਮਜੀਤ ਜੀ, ਅਮਨ, ਰੀਤ, ਅਮਨ ਮਾਮੀ ਤੇ ਰਾਣੀ ਐਮਐਲਏ ਤੇ ਮੰਜੂ ਮੈਡਮ। ਅੱਛਾ, ਮਾਮੀ ਦਾ ਵੀ ਨਾਮ ਵਿੱਚ ਆਉਣ ਲੱਗ ਗਿਆ ਹਨਾ? ਰਾਮ ਜੀ, ਹਾਂਜੀ ਠੀਕ ਹੈ। ਚਲ ਕੋਈ ਗੱਲ ਨਹੀਂ, ਤੁਹਾਡੇ ਐਮਐਲਏ ਸਾਹਿਬ ਵੀ ਹੈ ਜੀ। ਮੈਂ ਸਮਝ ਗਿਆ ਗੱਲ, ਉਹ ਤਾਂ ਮੇਨ ਮੁੱਦਾ ਤਾਂ ਉਹੀ ਹੈ ਨਾ। ਚਲ ਕੋਈ ਗੱਲ ਨਹੀਂ। ਮੈਂ ਪੁੱਛਿਆ ਵੀ ਪੇਮੈਂਟ ਕੌਣ ਕਰਦਾ, ਕਹਿੰਦੇ ਰਾਣੀ ਮੈਡਮ। ਅੱਛਾ, ਬਾਕੀ ਗੱਲ ਰਹੀ ਜੀ ਜਮਾਨਤਾਂ ਦੀ, ਮੈਂ ਜਦੋਂ ਉਹਦੇ ਫੜ ਲਏ ਨਾ ਬਾਲ ਤਾਂ ਜਰਕਦ ਨੇ ਕਹਿਤਾ ਵੀ ਫਲਾਨਾ ਬੰਦਾ ਕਰੂੰਗਾ। ਆਹੀ ਤਾਂ ਪੰਗੇ ਪੈਂਦੇ ਆ ਨਾ, ਆਪਾਂ ਫੜ ਕੇ ਅੰਦਰ ਛੱਡ ਦਿੰਦੇ ਹਾਂ, ਵੀ ਜਮਾਨਤ ਕਰਾਉਣ ਵਾਲਾ ਮੂਹਰੇ ਬੈਠੇ ਹੁੰਦੇ ਆ, ਆਹੀ ਗੱਲਾਂ ਡਰ ਹੁੰਦਾ ਗਾ। ਤਾਂ ਹੀ ਤੁਹਾਨੂੰ ਕਿਹਾ ਹੈਗਾ ਇੱਥੇ, ਹੁਣ ਜਿੰਨਾ ਇਹਨੂੰ ਕੁੱਟ ਲਓਗੇ ਨਾ ਉਨਾ ਫਾਇਦਾ ਹੀ ਆ। ਜਨਾਬ ਹੁਣ ਤੁਸੀਂ ਬੇਫਿਕਰ ਰਹੋ, ਹੁਣ ਬਕਾਊ ਮਾਲ ਨਹੀਂ ਹੈਗਾ ਚਤਰ ਸਿੰਘ ਚੰਡਾਲ, ਇਹ ਤੁਹਾਡੇ ਹੱਕ ਦੀ ਗੱਲ ਕਰੂਗਾ, ਹੱਕ ਸੱਚ ਤੇ ਖੜਦੇ ਹਾਂ ਜੀ ਆਪਾਂ। ਬਸ ਫਿਰ ਜਮਾਨਤ ਉਹਦੀ ਮੈਂ ਛੇਤੀ ਛੇਤੀ ਹੋਣ ਨਹੀਂ ਦਿੰਦਾ, ਤੇ ਹਜੇ ਆਪਾਂ ਨੂੰ ਇੱਥੇ ਰੱਖਾਂਗੇ, ਸੇਵਾ ਉਹਦੀ ਕਈ ਦਿਨ ਕਰੂਗਾ ਜੀ। ਸੇਵਾ ਜੀ, ਸੇਵਾ ਦਾ ਤੁਸੀਂ ਬੇਫਿਕਰ ਰਹੋ, ਤੁਰਨ ਜੋਗਾ ਨਹੀਂ ਛੱਡਦੇ ਜੀ ਉਹਨੂੰ। ਉਹਨੂੰ ਗਾਹਾਂ ਨੂੰ ਪਤਾ ਲੱਗ ਜੇ ਵੀ ਜਦੋਂ ਜਮਾਨਤ ਹੋਊ ਉਦੋਂ ਤਾਂ ਮੈਨੂੰ ਮਾਨ ਦੇਣਗੇ, ਆਹ ਚੀਜ਼ਾਂ ਉਹਦੇ ਦਿਮਾਗ 'ਚ ਬਹਿ ਜਾਣ। ਜੇ ਕਹੋ ਸਰ ਇੱਕ ਵਾਰੀ ਫੇਰ ਆਪਾਂ ਰਿਮਾਂਡ 'ਤੇ ਲੈ ਲੈਂਦੇ ਉਹਨੂੰ। ਮੈਂ ਤਾਂ ਹੀ ਤਾਂ ਤੁਹਾਨੂੰ ਦੱਸੀ ਗੱਲ ਆ ਵੀ ਰਿਮਾਂਡ ਕਹੋਗੇ ਤੁਸੀਂ 5 ਦਿਨਾਂ ਦੇ, 7 ਦਿਨਾਂ ਦਾ ਆਪਾਂ ਹੋਰ ਲੈ ਲਾਂਗੇ। ਇਹਦਾ ਤੁਸੀਂ ਕਰੋਗੇ ਐਮਐਲਏ ਸਾਹਿਬ, ਉਹ ਹੋ ਜਾਊਗਾ ਕੰਮ। ਹਾਂਜੀ, ਇਹ ਤੁਸੀਂ ਰਿਮਾਂਡ ਵੱਧ ਕਰਾਓ ਜੀ ਉਹਦੀ। ਤੁਹਾਡਾ ਕੰਮ ਆ ਸੇਵਾ ਕਰਨ ਦਾ, ਅਸੀਂ ਤਾਂ ਸੇਵਾਦਾਰੀ ਹਾਂ ਜੀ, ਸੇਵਾ ਹੀ ਕਰਦੇ ਹਾਂ। ਸੇਵਾ 'ਚ ਨਾ ਕੱਚ ਰਹਿ ਜੇ ਕੋਈ, ਸੇਵਾ 'ਚ ਨਹੀਂ ਫਰਕ ਰਹਿੰਦਾ ਜੀ ਕੋਈ। ਬਸ, ਉਹ ਰਿਮਾਂਡ ਵਾਲਾ ਕੰਮ ਮੇਰਾ, 5 ਦਾ ਜਾਂ 7 ਦਾ ਉਸ ਨੂੰ ਮੈਂ ਲੈ ਕੇ ਦੇਊਂਗਾ। ਉਹ ਤਾਂ ਤੁਸੀਂ ਵਧਾਓ ਜੀ। ਬਸ ਕੋਈ ਗੱਲ ਨਹੀਂ, ਫਿਰ ਆਪਾਂ ਇਹਨਾਂ ਤੋਂ ਆਨਾ ਮਨਾ ਲਾਂਗੇ ਜੀ। ਬਸ ਕਿਹੜੀ ਟੀਮ ਆ, ਕੀ ਕਰਦੇ ਆ, ਕਿਵੇਂ ਕਰਦੇ ਆ? ਬਸ ਮੈਂ ਸਮਝ ਰਿਹਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਪਾਂ ਜਦੋਂ ਹੁਣ ਹੱਥ ਪਾਇਆ ਨਾ ਉਤਲੀਆਂ ਜੜਾਂ ਨੂੰ ਹੀ ਪਾਵਾਂਗੇ, ਜਦੋਂ ਉਤਲੀਆਂ ਜੜਾਂ ਹੀ ਪੱਟੀਆਂ ਗਈਆਂ ਨਾ, ਬਸ ਤੈਨੂੰ ਪਤਾ ਹੀ ਆ ਫਿਰ ਉਦੋਂ ਬਾਅਦ। ਉਦੋਂ ਬਾਅਦ ਤਾਂ ਟੈਨਸ਼ਨ ਨਾ ਲਓ ਜਨਾਬ, ਆਪਾਂ ਹੁਣ ਜਦੋਂ ਜੜ ਪੱਟੀ ਨਾ ਉਤਲੋ ਹੀ ਪੱਟਾਂਗੇ, ਪਹਿਲਾਂ ਲੋਕ ਥੱਲੜੀਆਂ ਪੜ ਦਿੰਦੇ, ਆਪਾਂ ਥੱਲੜੇ ਨਹੀਂ ਪੜਦੇ, ਆਪਾਂ ਉੱਤੋਂ ਹੀ ਹੱਥ ਪਾਵਾਂਗੇ। ਹੁਣ ਜਦੋਂ ਉਤਲੀ ਪੱਟੀ ਗਈ, ਇੰਨਾ ਕੁਛ ਖਾਣ ਪੀਣ ਨੂੰ ਰਿਹਾ, ਆਪੇ ਖਰਾ ਖੇਡੇ ਖਤਮ ਹੋ ਜੂਗਾ। ਬਾਕੀ ਜਨਾਬ ਪਹਿਲਾਂ ਜਿਹੜੇ ਹੈਗੇ ਸੀ ਮੁਲਾਜ਼ਮ ਲੰਘ ਗਏ, ਹੁਣ ਤਾਂ ਬਾਹ ਵੀ ਚਤਰ ਸਿੰਘ ਚੰਡਾਲ ਨਾਲ ਪਿਆ। ਮੈਂ ਸਾਰਾ ਕੁਛ ਦੇਖ ਕੇ ਬਹੁਤ ਸੋਚ ਸਮਝ ਕੇ ਫਿਰ ਤੇਰੀ ਡਿਊਟੀ ਲਾਈ ਸੀ। ਬੇਫਿਕਰ ਹੋ ਜਨਾਬ, ਹੁਣ ਨਹੀਂ ਕਿਸੇ ਵੀ ਗੱਲੋਂ ਕੱਚਾ ਸਰਦੇ। ਉਹ ਗਾਹਾਂ ਬੰਦੇ ਆ, ਮੇਰੀ ਗੱਲ ਹੋਈ, ਉਹ ਕਹਿੰਦਾ ਨਾ ਇਹ ਬੰਦਾ ਨਹੀਂ ਮਿਲਦਾ, ਮੈਂ ਲੈਣਾ ਤੇ ਇਹੀ ਲੈਣਾ ਗਾ। ਅੱਛਾ ਅੱਛਾ ਜੀ, ਉੱਪਰ ਫੋਨ ਕੀਤਾ ਹੋਣਾ ਜੀ ਤੁਸੀਂ? ਹਾਂ ਹਾਂ, ਕਹਿੰਦੇ ਉੱਥੇ ਮੁਰੇ ਗਾਹਾਂ, ਉੱਥੇ ਵੀ ਇਹੋ ਜਿਹੇ ਬੰਦੇ ਹੀ ਆ। ਮੈਂ ਕੋਈ ਗੱਲ ਨਹੀਂ, ਤੇ ਸਾਨੂੰ ਜ਼ਰੂਰੀ ਆ ਇਹ, ਤਾਂ ਕਰਕੇ ਸਿਫਾਰਸ ਪਾ ਕੇ ਤੈਨੂੰ ਬੁਲਾਇਆ, ਉਹਦਾ ਹੁਣ ਮੁੱਲ ਮੋੜ ਕੇ ਜਾਣਾ ਗਾ। ਮੁੱਲ ਜਨਾਬ, ਅਸੀਂ ਤਾਂ ਸੇਵਾਦਾਰ ਹਾਂ ਤੁਹਾਡੇ। ਬਸ ਠੀਕ ਹੈ, ਠੀਕ ਹੈ ਨਾ ਜੀ, ਤੁਸੀਂ ਕਿਸੇ ਵੀ ਗੱਲੋਂ ਝਿਜਕੋ ਨਾ, ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਜੀ। ਬਸ ਕੋਈ ਗੱਲ ਨਹੀਂ, ਤੁਸੀਂ ਮਦਦ ਕਰੋ, ਜੇ ਮੇਰੇ ਤੱਕ ਕੋਈ ਹੋਈ ਮਦਦ ਦੱਸਿਓ, ਜਿਵੇਂ ਤੂੰ ਰਿਮਾਂਡ ਵਾਲੀ ਗੱਲ ਕਹੀ ਤੀ ਉਹ ਮੇਰੇ ਤੇ ਛੱਡ ਦੇ। ਠੀਕ ਆ ਸਰ, ਸੇਵਾ ਤੁਸੀਂ ਕਰਨੀ ਹੈ, ਅਸੀਂ ਜਨਾਬ ਭੜਕਾ ਦਾਂਗੇ ਪੂਰਾ ਨੂੰ। ਚਾਹ ਪਾਣੀ? ਬਸ ਜੀ, ਧੰਨਵਾਦ ਸਰ, ਧੰਨਵਾਦ ਜੀ। ਚਲੋ ਆਹ ਬਣੀ ਆ ਨਾ ਗੱਲ, ਇੱਕ ਥਾਂ ਹੀ ਕਹਿੰਦੇ ਹੁੰਦੇ ਆ ਬੰਦੇ ਬਿਨਾਂ ਗੱਲ ਨਹੀਂ ਬਣਦੀ, ਕਹਿੰਦੇ ਚਤਰ ਸਿੰਘ। ਕੋਈ ਗੱਲ ਨਹੀਂ, ਜੇ ਚਤਰ ਆ ਗਾਹਾਂ, ਉਹ ਵੀ ਬੰਦਾ ਬਹੁਤ ਆਪਣੇ ਆਪ ਨੂੰ ਕਹਾਉਂਦਾ ਸੀਗਾ, ਮੈਂ ਵੀ ਹੁਣ ਮਿਲ ਕੇ ਆਉਂ ਕਿਰਾਂ ਜਾ ਕੇ ਫਿਰ ਪੁੱਛੂੰਗਾ ਵੀ ਮਾੜਾ ਮੋਟਾ ਗੁੱਸਾ ਢੈਲਾ ਹੋਇਆ ਕਿ ਨਹੀਂ ਹੋਇਆ, ਜੇ ਨਾ ਹੋਇਆ ਨਾ, ਜੇ ਉਹੀ ਬੋਲੀ ਬੋਲਿਆ ਨਾ, ਫਿਰ ਚਤਰ ਸਿੰਘ ਨੂੰ ਕਹਿ ਦੂੰਗਾ ਵੀ ਥੋੜ੍ਹੀ ਸੇਵਾ ਇਹਦੀ ਹੋਰ ਕਰ ਦੇ, ਅੱਜ ਟਾਈਮ ਕੱਢ ਕੇ ਮਿਲ ਕੇ ਜ਼ਰੂਰ ਆਊਂਗਾ। ਫਿਰ ਪੁੱਛੂ ਵੀ ਆਹ ਕੰਮ ਹੁਣ ਜਿਹੜੇ ਤੁਸੀਂ ਕਰਦੇ ਹੁੰਦੇ ਆ ਠੀਕ ਹੈ ਕਿ ਨਹੀਂ ਠੀਕ ਹੈ, ਫਿਰ ਪੁੱਛੂੰਗਾ ਉਹਨਾਂ ਨੂੰ, ਇਹ ਕੰਮ ਫਿਰ ਹੀ ਲੋਟ ਆਊਗਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਵੇਂ ਬੁਲਾਇਆ ਸੀ ਜੀ ਮੈਨੂੰ? ਪਤਾ ਤਾਂ ਤੈਨੂੰ ਵੀ ਹੋਣਾ ਚਾਹੀਦਾ ਵੀ ਮੈਂ ਤੈਨੂੰ ਬੁਲਾਇਆ ਕਿਵੇਂ।
ਹਾਂਜੀ ਦੱਸੋ ਜੀ ਕਿਵੇਂ ਬੁਲਾਇਆ ਜੀ? ਆਹੀ ਬੁਲਾਇਆ ਹੋਊਗਾ ਵੀ ਕਰਮਜੀਤ ਨੂੰ ਕਿਉਂ ਕੁੱਟਿਆ? ਬੰਦੇ ਮੇਰੇ ਤੇ ਕਈ ਫੜ ਲਏ, ਇੱਕ ਬੰਦਾ ਹੋਰ ਕਈ ਫੜ ਲਏ, ਆ ਨਵਾਂ ਫੜਿਆ ਨਾਲ ਕੁੱਟਿਆ, ਤੇਰੇ ਚਿੱਤ ਨੂੰ ਖੈਰ ਨੀ? ਖੈਰ ਤਾਂ ਜਿਹੜਾ ਬੰਦਾ ਨਾਲੇ ਕੰਮ ਮਾੜੇ ਕਰਦਾ ਜੀ, ਫਿਰ ਉਹਨਾਂ ਨਾਲ ਤਾਂ ਨਤੀਜਾ ਮਾੜਾ ਹੀ ਹੁੰਦਾ ਗਾ। ਉਹ ਵੀ ਦੇਖਣਾ ਪੈਂਦਾ ਵੀ ਬੰਦਾ ਕਿਹੜੀ ਪਾਰਟੀ ਦਾ। ਉਹਦੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਸੀ ਜੀ ਵੀ ਕਿਹੜੀ ਪਾਰਟੀ ਦਾ? ਉਹ ਮੱਥੇ ਤੇ ਤਾਂ ਤੇਰੇ ਵੀ ਨੀ ਲਿਖਿਆ ਵੀ ਤੂੰ ਕਿਹੜੀ ਪਾਰਟੀ ਦੀ ਆ। ਮੱਥੇ ਤੇ ਲਿਖਿਆ ਤਾਂ ਹੈਗਾ ਜੀ, ਪਰ ਤੁਹਾਡੀ ਦੇਖਣ ਵਾਲੀ ਅੱਖ ਨੀ ਹੈਗੀ। ਮੇਰੀ ਤਾਂ ਅੱਖ ਦੇਖਣ ਵਾਲੀ ਹੈ, ਜੇ ਮੇਰੀ ਅੱਖ ਦੇਖਣ ਵਾਲੀ ਹੈ ਨਾ ਤਾਂ ਹੀ ਮੈਂ ਤੇਰੇ ਵਰਗੀ ਰੱਖ ਰੱਖੀ ਹੈ। ਉਹ ਤਾਂ ਪਤਾ ਹੀ ਹੈ ਜੀ MLA ਸਾਹਿਬ ਜੀ, ਅੱਜ ਕਿਵੇਂ ਜੀ ਸੋਹਣੇ ਜਿਹੇ ਬਾਹਲੇ ਲੱਗੀ ਜਾਂਦੇ ਹੋਗੇ। ਇਹ ਨਾ ਮਿੱਠੀਆਂ ਗੋਲੀਆਂ ਕਿਸੇ ਨੂੰ ਹੋਰ ਦੀ ਮੁੱਦੇ ਦੀ ਗੱਲ ਪਿਆ ਤੇ ਮੈਂ ਤੈਨੂੰ ਕਿਹਾ ਵੀ ਤੂੰ ਉਹ ਬੰਦਾ ਕੁੱਟਿਆ ਮੇਰਾ। ਕਿਹੜਾ ਬੰਦਾ ਕੁੱਟਿਆ ਜੀ? ਤੁਸੀਂ ਕਿਹੜੇ ਬੰਦੇ ਦੀ ਗੱਲ ਕਰ ਰਹੇ ਹੋ ਜੀ? ਮੈਨੂੰ ਸਮਝ ਨਹੀਂ ਆ ਰਹੀ। ਰਵੀ? ਰਵੀ ਉਹ ਤੁਹਾਡਾ ਬੰਦਾ ਗਾ ਜੀ? ਤੈਨੂੰ ਪਤਾ ਨੀ? ਮੈਨੂੰ ਤਾਂ ਬੁਰੇ ਕੰਮਾਂ ਵਾਲੇ ਨਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਨੇ ਇਹ। ਜਿਹੜਾ ਕੰਮ ਬੁਰਾ ਕਰਦਾ ਨਾ ਬਸ ਉਹ ਬੰਦਾ ਆ ਜੇ, ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਤਾਂ ਬਸ ਇੱਕੋ ਹੀ ਗੱਲ ਆਉਂਦੀ ਹੈ ਵੀ ਉਹਨੂੰ ਫੈਂਟ ਨਾ ਚੱਕ। ਦੇਖ ਸੋਨੀ, ਦਿਮਾਗ ਤੋਂ ਕੰਮ ਲੈ ਲੈ। ਇਹ ਨਾ ਹੋਵੇ ਕਿ ਤੂੰ ਅਬਰਦੀ ਤੋਂ ਹੱਥ ਧੋ ਬੈਠੇ। ਗੱਲਾਂ ਕਿਹੜੀਆਂ ਕਰਦੇ MLA ਸਾਹਿਬ? ਇਹ ਵਰਦੀ ਉਹਨਾਂ ਦੇ ਲੈਂਦੀ ਹੈ ਜਿਹੜੇ ਧੋਖੇ ਕਰਦੇ ਨੇ ਤੇ ਗਦਾਰੀਆਂ ਕਰਦੇ ਨੇ। ਅਸੀਂ ਇਮਾਨਦਾਰ ਹਾਂ, ਇਹ ਵਰਦੀ ਸਾਡੀ ਕਦੇ ਲੈ ਨਹੀਂ ਸਕਦੀ। ਮਤਲਬ ਕੀ ਹੈ ਤੇਰਾ? ਮਤਲਬ ਤਾਂ ਤੁਸੀਂ ਦੱਸ ਦਿਓ ਜੀ, ਤੁਹਾਨੂੰ ਵੀ ਪਤਾ ਹੀ ਹੋਊਗਾ। ਇਮਾਨਦਾਰੀ ਦਾ ਭੂਤ ਨਾ ਜਿਹੜੇ ਤੇ ਸਵਾਰ ਹੈ ਤੇਰੇ ਤੇ, ਇਹ ਤਾਂ ਅਸੀਂ ਲੈ ਜਾਂਦਾ ਹੁੰਦਾ ਨਾਲੇ ਬਹਿ ਕੇ ਨਾ ਅੱਖਾਂ 'ਚ ਘਸੁੰਨ ਦੇ ਰਹੋਗੀ। ਇਹ ਕਦੇ ਨਹੀਂ ਹੋ ਸਕਦਾ ਜੀ, ਕਿਉਂਕਿ ਮੈਂ ਸੱਚ 'ਤੇ ਚੱਲਦੀ ਹਾਂ। ਸੱਚ ਦੇ ਨਾਲ ਤੁਹਾਨੂੰ ਪਤਾ ਕਿ ਰੱਬ ਖੜਾ ਹੁੰਦਾ। ਫਿਰ ਤਾਂ ਇਹੀ ਲੀਹ 'ਤੇ ਚੱਲਣਾ ਜਾਂ ਗੱਲ ਮੇਰੀ ਮੰਨ ਕੇ ਚੱਲਣਾ? ਤੁਸੀਂ ਇਹ ਸਮਝੋ MLA ਸਾਹਿਬ ਜੀ ਕਿ ਮੈਂ ਸਹੀ ਲੈਣ 'ਤੇ ਕਿਹੜੀ 'ਤੇ ਚੱਲ ਰਹੀ ਹਾਂ। ਤੁਸੀਂ ਇਹ ਸੋਚ ਕੇ ਦੇਖੋ ਕਿ ਤੁਸੀਂ ਚੰਗੇ ਹੋ, ਤੁਸੀਂ ਆਪ ਹੀ ਸਮਝੋ ਮੈਂ ਕਿਹੜੀ ਲੈਣ 'ਤੇ ਹਾਂ। ਦੇਖ ਸੁਣ, ਆ ਬਜ਼ਾਰ ਤਾਂ ਜੀ ਨਾ ਮੈਨੂੰ ਪਸੰਦ, ਤੂੰ ਗੱਲ ਮੈਨੂੰ ਸਿੱਧੀ ਤਰ੍ਹਾਂ ਦੱਸ। ਮੈਂ ਸਿੱਧੀ ਤਰ੍ਹਾਂ ਕੀ ਦੱਸਣੀ ਆ ਜੀ? ਪਹਿਲਾਂ ਤਾਂ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਬੁਲਾਇਆ ਕਿਹਦੇ ਵਾਸਤੇ ਬੁਲਾਇਆ? ਇੱਕ ਲਾਂਬਾ ਦਿੱਤਾ ਤੁਸੀਂ ਮੈਨੂੰ, ਐਂ ਦੱਸੋ ਜੀ ਜੇ ਮੈਂ ਕਰਮਜੀਤ ਨੂੰ ਕੁੱਟਿਆ ਤਾਂ ਉਹਨੂੰ ਮੈਂ ਹੋਸਪਿਟਲ 'ਚ ਵੀ ਦੇ ਰੱਖਿਆ ਨਾ, ਉਹਦਾ ਇਸ ਟਾਈਮ ਟ੍ਰੀਟਮੈਂਟ ਚੱਲੀ ਜਾਂਦਾ। ਉਹਦਾ ਟ੍ਰੀਟਮੈਂਟ ਚੱਲ ਰਿਹਾ ਹੋਊਗਾ ਤੇ ਮੈਂ ਤੈਨੂੰ ਰਵੀ ਬਾਰੇ ਪੁੱਛ ਰਹੀ ਹਾਂ ਬਾਰ ਬਾਰ। ਮੈਂ ਰਵੀ ਬਾਰੇ ਜਦੋਂ ਮੈਨੂੰ ਪਤਾ ਹੀ ਨਹੀਂ ਸੀ ਵੀ ਤੁਹਾਡਾ ਬੰਦਾ, ਹੁਣ ਮੈਨੂੰ ਪਤਾ ਲੱਗ ਗਿਆ। ਕੋਈ ਗੱਲ ਨਹੀਂ, ਆਪਾਂ ਘਟਾ ਦਾਂਗੇ, ਆਪਾਂ ਨਾ ਕੋਈ ਪਰਚਾ ਜ਼ਿਆਦਾ ਹੋਣ ਦੇਵਾਂਗੇ ਉਹਨਾਂ 'ਤੇ। ਇੱਕ ਮੈਨੂੰ ਤੇਰੀ ਹੋਰ ਸ਼ਿਕਾਇਤ ਮਿਲੀ। ਹੋਰ ਕਿਹੜੀ ਸ਼ਿਕਾਇਤ ਹੈ ਜੀ? ਕਿ ਤੂੰ ਡੱਕਾ ਉਹ ਸਰਪੰਚ ਵੱਲ ਨਹੀਂ ਸਿੱਟਦੀ। ਕੌਣ ਕਹਿੰਦੇ ਜੀ ਤੁਹਾਨੂੰ? ਕਹਿਣ ਦੀ ਲੋੜ ਨਹੀਂ ਹੁੰਦੀ, ਆ ਜਿਹੜੀ ਤੈਂ ਗੱਲ ਕਹੀ ਹੈ ਨਾ ਮੱਥੇ 'ਤੇ ਲਿਖਿਆ ਹੁੰਦਾ ਅੱਖ ਨਾਲ ਪੜ੍ਹ ਲਈਦਾ, ਉਹ ਮੈਂ ਪੜ੍ਹ ਲਿਆ ਤੇਰੀਆਂ ਅੱਖਾਂ 'ਚੋਂ। ਜੇ ਮੈਂ ਪੜ੍ਹ ਲਿਆ ਤੁਸੀਂ ਤਾਂ ਫਿਰ ਮੈਨੂੰ ਪੁੱਛ ਕਿਉਂ ਰਹੇ ਜੀ ਤੁਸੀਂ? ਮੈਂ ਤੈਨੂੰ ਦੱਸ ਰਹੀ ਹਾਂ ਵੀ ਦੋ ਵੇਰੀਆਂ ਸਵਾਰ ਹੋਣਾ ਬੰਦਾ ਨਾ ਪਾਰ ਨਹੀਂ ਲੱਗਦਾ, ਆਖਿਰਕਾਰ ਡੁੱਬਦਾ ਹੀ ਹੁੰਦਾ। ਅੱਛਾ ਜੀ, ਡੁੱਬਦਾ ਤਾਂ ਉਹ ਹੁੰਦਾ ਜੀ ਜਿਹੜਾ ਝੂਠ 'ਤੇ ਚੱਲਦਾ ਹੋਵੇ, ਪਰ ਜਿਹੜਾ ਸੱਚ 'ਤੇ ਚੱਲਦਾ ਹੋਵੇ ਉਹ ਕਦੇ ਨਹੀਂ ਡੁੱਬਦਾ। ਨਾਲੇ ਤੁਹਾਨੂੰ ਪਤਾ ਮੈਂ ਸੱਚ 'ਤੇ ਚੱਲਦੀ ਹਾਂ ਅਤੇ ਮੈਂ ਪੈਰ ਵੀ ਨਾ ਇੱਕ ਬੇੜੀ 'ਤੇ ਰੱਖਿਆ ਹੋਇਆ। ਇੱਕ 'ਤੇ? ਹਾਂਜੀ। ਕੀ ਮਤਲਬ ਹੈ ਤੇਰਾ? ਤੁਸੀਂ ਸਮਝੇ ਨਹੀਂ MLA ਸਾਹਿਬ, ਇੱਕ ਬੇੜੀ ਤੁਹਾਨੂੰ ਵੀ ਪਤਾ ਕੌਣ ਆ ਜਿਹਦੇ ਮੈਂ ਕੋਲੇ ਬੈਠੀ ਹਾਂ।
ਚੱਲ ਮੈਂ ਮੰਨ ਲੈਂਦੀ ਹਾਂ ਕਿ ਤੂੰ ਇੱਕ ਬੇੜੀ 'ਚ ਸਵਾਰ ਹੈ, ਪਰ ਜਿਹੜੀਆਂ ਮੈਨੂੰ ਖ਼ਬਰਾਂ ਮਿਲ ਰਹੀਆਂ ਤੇਰੇ ਬਾਰੇ ਉਹ ਖ਼ਬਰਾਂ ਫਿਰ ਕਈ ਵਾਰ ਪਤਾ ਨਹੀਂ ਚੱਲਦਾ ਜੀ। ਹੁਣ ਤੁਸੀਂ ਮੈਨੂੰ ਦੱਸਤਾ ਜਾਂ ਫਿਰ ਮੈਨੂੰ ਕਾਲ ਕਰਕੇ ਦੱਸਿਆ ਕਰੋ ਕਿ ਤੁਹਾਡੇ ਅੰਡਰ ਦੇ ਵਿੱਚ ਕਿਹੜੇ ਕਿਹੜੇ ਬੰਦੇ ਛੱਡੇ ਹੋਏ ਨੇ। ਮੈਂ ਬਸ ਇਹੀ ਕੰਮ 'ਤੇ ਰਹਿ ਗਈ, ਤੈਨੂੰ ਕਾਲ ਲਾਉਣ ਵਾਸਤੇ ਫਿਰ ਹੀ ਹਾਂ ਮੈਂ, ਹੋਰ ਕੋਈ ਕੰਮ ਨਹੀਂ। ਦੇਖ ਸੋਨੀਆ, ਮੈਨੂੰ ਬਹੁਤ ਕੰਮ ਨੇ, ਮੈਨੂੰ ਨਾ ਡਿਸਟਰਬ ਕਰਿਆ ਕਰ, ਬਾਰ ਬਾਰ ਮੇਰੇ ਕੋਲ ਤੇਰੀ ਸ਼ਿਕਾਇਤ ਆਉਂਦੀ ਹੈ। ਕੰਮ ਤਾਂ ਫਿਰ ਮੇਰੇ ਕੋਲ ਵੀ ਬਹੁਤ ਜ਼ਿਆਦਾ ਨੇ ਜੀ, ਮੈਂ ਵੀ ਕੋਈ ਵਿਹਲੀ ਨਹੀਂ ਹੁੰਦੀ। ਮੈਂ ਤੁਹਾਨੂੰ ਦੱਸਾਂ ਤੇ ਜੇ ਤੁਸੀਂ ਕਾਲ ਕਰੋ ਤਾਂ ਬੰਦਾ ਬਚ ਜੂ, ਪਰ ਜੇ ਤੁਸੀਂ ਮੈਨੂੰ ਕਾਲ ਕਰਕੇ ਨਹੀਂ ਦੱਸੋਗੇ ਤਾਂ ਫਿਰ ਮੈਨੂੰ ਕਿਵੇਂ ਪਤਾ ਲੱਗੂ ਜੀ ਕਿਹੜਾ ਬੰਦਾ ਛੋਡਾ ਤੇ ਕਿਹੜਾ ਫਿਰ ਕਿਸੇ ਦਾ ਹੋਰ ਹੈ ਜੀ। ਮੈਂ ਤਾਂ ਫੈਂਟ ਹੀ ਦੇਣਾ। ਔਕਾਤ ਚ ਰਹਿ ਕੇ ਗੱਲ ਕਰਿਆ ਕਰ, ਤੇਰੇ ਕੋਲ ਕੰਮ ਸਿਰਫ ਮੇਰੇ ਦਿੱਤੇ ਹੋਏ ਨੇ, ਮੇਰੇ ਦਿੱਤੇ, ਸਮਝ ਗਈ? ਤੇਰਾ ਕੋਈ ਪਰਸਨਲ ਕੰਮ ਨਹੀਂ ਹੈਗਾ, ਜੋ ਮੈਂ ਕਹੂੰਗੀ ਤਾਂ ਉਹੀ ਕਰਨਾ ਹੈ। ਕੋਈ ਗੱਲ ਨਹੀਂ ਜੀ, ਜਿਹੜਾ ਤੁਸੀਂ ਕਹੋਗੇ ਉਹ ਵੀ ਕਰ ਦੂੰ, ਪਰ ਮੈਂ ਹਮੇਸ਼ਾ ਸੱਚ 'ਤੇ ਚੱਲਦੀ ਹਾਂ। ਜੇ ਤੁਸੀਂ ਮੈਨੂੰ ਸੱਚਾ ਕੰਮ ਦਿਓਗੇ ਤਾਂ ਮੈਂ ਉਹੀ ਕਰੂੰਗੀ। ਮੈਨੂੰ ਸਾਰੀ ਸਮਝ ਹੈ ਜੀ ਮੈਂ ਕਿਹੜੇ MLA ਸਾਹਿਬ ਦੇ ਨਾਲ ਕੰਮ ਕਰਨਾ। ਕਿਹੜੇ ਦੇ ਨਾਲ? ਮਤਲਬ ਤੁਹਾਡੇ ਨਾਲ ਜੀ। ਦੇਖ ਲੈ, ਨਾ ਗੁੱਸਾ ਕਰਿਆ ਕਰੋ ਜੀ, ਨਾ ਗੁੱਸਾ ਕਰੋ, ਅਸੀਂ ਤੁਹਾਡੇ ਨਾਲ ਹਾਂ ਜੀ। ਤੁਹਾਨੂੰ ਕਿਉਂ ਲੱਗਦਾ ਰਹਿੰਦਾ ਵਹਿਮ ਦੀ ਕੋਈ ਦਵਾਈ ਨਹੀਂ ਹੈਗੀ ਜੀ? ਮੈਂ ਦਵਾਈ ਤੇਰੇ ਕੋਲੋਂ ਲੈਣੀ ਵੀ ਚਾਹੁੰਦੀ ਨਹੀਂ, ਪਰ ਇੱਕ ਗੱਲ ਧਿਆਨ 'ਚ ਰੱਖੀ, ਜੇ ਮਾੜੀ ਜੀ ਵੀ ਹੇਰਾ ਫੇਰੀ ਹੋ ਗਈ ਨਾ ਫਿਰ ਸਮਝ ਲਈ ਤੇਰੇ ਨਾਲ ਕੀ ਬਣੂ ਤੇ ਤੇਰੇ ਬਾਲ ਬੱਚੇ ਨਾਲ ਕੀ ਬਣੂ। ਮੈਂ ਨਾ ਇਹਨਾਂ ਚੀਜ਼ਾਂ ਕਨੀ ਸੋਚਿਆ ਨਹੀਂ ਜੀ, ਮੇਰੀ ਨਾ ਨੈਗੇਟਿਵ ਸੋਚ ਨਹੀਂ ਹੈਗੀ, ਪੋਜ਼ਿਟਿਵ ਸੋਚ ਹੈ। ਮੈਂ ਪਿੱਛੇ ਨਹੀਂ ਝਾਕੀ ਕਦੇ ਜਦੋਂ ਮੈਂ ਅੱਗੇ ਤੁਰਦੀ ਹਾਂ, ਪਰ ਹੁਣ ਨਾ ਜ਼ਰੂਰ ਸੋਚ ਲਈ ਅੱਜ ਤੋਂ ਬਾਅਦ, ਸਮਝ ਗਈ? ਮੈਂ ਤਾਂ ਸੋਚੀ ਬੈਠੀ ਹਾਂ ਜੀ, ਇਹ ਹੁਣ ਤੁਸੀਂ ਸੋਚੋ। ਤੇ ਇੱਕ ਕੰਮ ਹੋਰ, ਤੁਸੀਂ ਕੀ ਕਹਿੰਦੇ ਸੀ ਮੈਨੂੰ, ਭੁੱਲ ਗਏ ਸ਼ਾਇਦ, ਤੁਸੀਂ ਮੈਨੂੰ ਕੰਮ ਦਿੱਤਾ ਸੀ ਤੁਸੀਂ ਕੋਈ, ਯਾਦ ਕਰ ਲਓ। ਕੰਮ ਤਾਂ ਮੈਂ ਤੈਨੂੰ ਦਿੱਤਾ ਹੈ, ਪਰ ਹੁਣ ਮੈਨੂੰ ਤੇਰੇ 'ਤੇ ਵਿਸ਼ਵਾਸ ਵੀ ਹੈ ਨਹੀਂ ਨਾ। ਵਿਸ਼ਵਾਸ ਰੱਖੋ ਤਾਂ ਮੈਂ ਕੰਮ ਕਰਕੇ ਵੀ ਦਿਖਾਊ ਤੁਹਾਨੂੰ। ਤੁਸੀਂ ਮੈਨੂੰ ਕੀ ਕਿਹਾ ਸੀ, ਯਾਦ ਕਰੋ ਥੋੜ੍ਹਾ ਜਿਹਾ। ਯਾਦ ਹੈ ਸੋਨੀਆ, ਮੇਰੇ ਯਾਦ ਹੈ, ਕਿਉਂਕਿ ਮੈਂ ਤੈਨੂੰ ਹਥਿਆਰ ਦੇਣਾ ਉਸ MLA ਦੇ ਵਿੱਚ ਦੀ ਗੋਲੀ ਕੱਢਣ ਲਈ। ਬਸ ਫਿਰ, ਪਰ ਧਿਆਨ ਰੱਖੀ ਇਸ ਗੱਲ ਦਾ, ਗੱਲ ਮੈਂ ਤੈਨੂੰ ਵਾਰ ਵਾਰ ਕਹਿੰਦੀ ਹਾਂ ਵੀ ਮਾੜੀ ਜੀ ਵੀ 19-21 ਹੋ ਗਈ ਨਾ, ਪਰ ਤੇਰੀ ਖੈਰ ਨਹੀਂ। ਮੇਰੀਆਂ ਖੈਰਾਂ ਤਾਂ ਮੰਗਣ ਵਾਲੇ ਬਹੁਤ ਜ਼ਿਆਦਾ ਬੈਠੇ ਨੇ ਜੀ, ਨਾਲੇ ਜਿਹੜਾ ਕੰਮ ਤੁਸੀਂ ਕਿਹਾ ਹੋਵੇ ਉਹ ਮੈਂ ਨਾ ਕਰਾਂ, ਨਾਲੇ ਤੁਸੀਂ ਮੈਨੂੰ ਹਥਿਆਰ ਤਾਂ ਦਿਓ ਜਲਦੀ ਤਾਂ ਕਿ ਮੈਂ ਤੁਹਾਡੀ ਝੋਲੀ ਵਿੱਚ ਪਾਵਾਂ ਗਿਫਟ। ਚੱਲ ਕੋਈ, ਤੈਨੂੰ ਇਹ ਗਿਫਟ ਵੀ ਜਲਦੀ ਮਿਲੂਗਾ। ਚਲੋ ਤੁਸੀਂ ਲੈ ਕੇ ਆਓ ਜੀ ਗਿਫਟ ਤੇ ਮੈਂ ਚੱਲਦੀ ਹਾਂ। ਜਦੋਂ ਗਿਫਟ ਆ ਗਿਆ, ਗਿਫਟ ਨਹੀਂ ਉਹ ਮੇਰਾ ਗਿਫਟ ਅਸਲਾ ਮੈਂ ਤੁਹਾਡੇ ਕੋਲ ਲੈਣਾ ਜੀ, ਉਹ ਤੁਸੀਂ ਲਿਆ ਕੇ ਦਿਓ। ਮੈਨੂੰ ਲੱਗਦਾ ਨਾ ਭਾਂਡਾ ਛੋਟਾ, ਜਦੋਂ ਦਾਣੇ ਬਾਹਲੇ ਪੈ ਜਾਣ ਫਿਰ ਨਹੀਂ ਲੱਗ ਜਾਂਦੇ। ਨਹੀਂ ਨਹੀਂ, ਤਾਂ ਹੀ ਅੱਖੜ ਗਈ ਤੂੰ। ਇਹ ਗੱਲ ਨਹੀਂ ਹੈਗੀ ਜੀ, ਆਹ ਦੇਖੋ ਇਹ ਮੈਨੂੰ ਟੁੱਟਿਆ ਜਿਹਾ ਪਿਸਟਲ ਨਾ MLA ਸਾਹਿਬ ਨੇ ਦਿੱਤਾ ਹੋਇਆ, ਤੇ ਇਹਦਾ ਐਂ ਨਹੀਂ ਪਤਾ ਮੌਕੇ 'ਤੇ ਕੰਮ ਨਾ ਕਰੇ ਤੇ ਫਿਰ ਤੁਹਾਨੂੰ ਪਤਾ ਆਹ ਜਿਹੜਾ ਅਸਲਾ ਤੁਸੀਂ ਦਿਓਗੇ ਨਾ ਮੈਂ ਉਹਦੇ ਨਾਲ ਬੰਦਾ ਚੱਕਣਾ, ਇਹਦੀ ਆਸਤੇ ਨਹੀਂ ਤੁਹਾਡੇ ਵਾਲੇ ਅਸਲੇ ਦੀ ਆਸਤੇ। ਜਿਹੜਾ ਮੈਂ ਅਸਲਾ ਦੇਣਾ ਨਾ ਉਹਦੀਆਂ ਗੋਲੀਆਂ ਦੇ ਨਾਂ ਉਸ ਸਰਪੰਚ ਦੇ ਲਿਖਿਆ ਹੋਣਾ ਚਾਹੀਦਾ। ਅੱਛਾ ਜੀ, ਬਸ ਇਹੋ ਜਿਹਾ ਲਿਆ ਕੇ ਦਿਓ ਜੀ ਕਿ ਘੋੜਾ ਤਾਂ ਮੈਂ ਇੱਕ ਵਾਰੀ ਦੱਬਾਂ ਅਤੇ ਗੋਲੀਆਂ ਉਹਦੇ 'ਚੋਂ ਬਸ ਨਿਕਲਦੀਆਂ ਹੀ ਜਾਣ ਫਿੱਕ ਵਿੱਚ ਨਾ।
ਚਲੋ ਜੀ ਮੈਂ ਚੱਲਦੀ ਹਾਂ। ਠੀਕ ਹੈ ਜੀ ਫਿਰ ਧਿਆਨ ਨਾਲ ਕਰੀ। ਕੋਈ ਨਾ ਜੀ, ਤੁਹਾਡੇ ਕੰਨੀ ਧਿਆਨ ਆ ਜੀ, ਤੁਸੀਂ ਰੱਖੋ ਸਾਡੇ ਕੰਨੀ, ਮੈਂ ਚੱਲਦੀ ਹਾਂ ਜੀ। ਸਤਿ ਸ੍ਰੀ ਅਕਾਲ ਜੀ। ਉੱਥੇ ਸਬੂਤ ਸੋਨੀ ਕਦੇ ਸਬੂਤ ਨਹੀਂ ਛੱਡਦੀ ਹੁੰਦੀ। ਜਲੇਬੀ ਮਾਮੂ ਦਿਲ ਭਰ ਦਿਨ ਤੇਰੀ ਕਿਹੜੀ ਕਿਹੜੀ ਕਿਹੜੀ, ਮੈਂ ਕਿਹੜੇ ਕੰਮ ਤੇਰੇ ਲਈ ਕਰਦੀ ਹਾਂ, ਪਰ ਸਵਾਲ ਜਵਾਬ ਬਹੁਤ ਜ਼ਿਆਦਾ ਕਰਦੀ। ਕਿੱਧਰ ਰਹਿ ਗਏ ਚਤਰ ਸਿੰਘ ਚੰਡਾਲ? ਜੈ ਹਿੰਦ ਮੈਡਮ ਜੀ। ਜੈ ਹਿੰਦ, ਜੈ ਹਿੰਦ, ਕਿੱਥੇ ਰਹਿ ਗਏ ਸੀ? ਉਹ ਤੁਹਾਨੂੰ ਪਤਾ ਤਾਂ ਹੈਗਾ ਮੈਡਮ ਜੀ, ਹਾਂ ਰਵੀ ਦੇ ਫੇਰ ਘੂਟਣਾ ਫਿਰ ਕੇ ਕਸਰ ਬਾਕੀ ਰਹਿ ਗਈ ਸੀ। ਰਹਿ ਗਈ ਸੀਗੀ ਜੀ। ਠੀਕ ਹੈ ਠੀਕ ਹੈ, ਆਜੋ ਇੱਧਰ ਬੈਠੋ। ਠੀਕ ਹੈ ਮੈਡਮ ਜੀ। ਵੈਸੇ ਅੱਜ ਕੱਲ੍ਹ ਬਹੁਤ ਔਖਾ, ਹੱਥ ਦੁਖਣ ਲੱਗ ਗਏ, ਪਤਾ ਨਹੀਂ ਕਿਹੋ ਜੀ ਚਮੜੀ ਆ ਜੀ ਉਹਦੀ। ਹੋਰ ਕੁਛ ਟੇਕਿਆ ਜਾਂ ਹਜੇ ਵੀ ਬੁੜਕਦਾ? ਹੁਣ ਕਿਵੇਂ ਬੁੜਕ ਜੂਗਾ ਜੀ, ਘੂਟਣਾ ਫਿਰ ਕੇ ਆਇਆ ਪੂਰਾ ਘੈਂਟ ਉਹਦੇ। ਵਧੀਆ ਕੀਤਾ, ਚੰਗੀ ਤਰ੍ਹਾਂ ਬੁੜਕਾਇਆ? ਚੰਗੀ ਤਰ੍ਹਾਂ ਜੀ, ਚੰਗੀ ਤਰ੍ਹਾਂ। ਉਹਦੀਆਂ ਹੱਡੀਆਂ ਦਾ ਚੂਰਮਾ ਆ ਗਿਆ, ਪਤਾ ਲੱਗ ਜਾਵੇ ਐਮ ਐਲ ਏ ਸਾਹਿਬ ਦੇ ਘਰੇ ਬੜੀ ਦਾ ਕਿਵੇਂ ਹੁੰਦਾ। ਮੈਂ ਕਹਿੰਦਾ ਮੈਡਮ ਜੀ, ਜਦੋਂ ਤੁਰੂਗਾ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਨਾਲ ਤੁਰੂ। ਬਸ ਮੈਂ ਤੁਹਾਨੂੰ ਦੱਸਤਾ ਵੀ ਉਹ ਤੁਰਦੇ ਨੂੰ ਤੋਰ ਨਹੀਂ ਆਉਣੀ ਚਾਹੀਦੀ। ਮੈਂ ਕਿਹਾ ਜੀ ਤੋਰ ਬਦਲ ਗਈ ਉਹਦੀ ਫੁੱਲ। ਉਹ ਆਪਾਂ ਐਮ ਐਲ ਏ ਸਾਹਿਬ ਤੋਂ ਹੋਰ ਟਾਈਮ ਲੈ ਲੈਂਦੇ, ਹੋਰ ਮਾਂਡ ਵਾਸਤੇ ਟਾਈਮ ਲੈ ਲੈਂਦੇ ਆ, ਪਰ ਇਹਦੀਆਂ 10 ਪੁਸਤਾਂ ਯਾਦ ਰੱਖਣ ਵੀ ਕਿਵੇਂ ਐਮ ਐਲ ਏ ਨੂੰ ਹੱਥ ਪਾਈ ਜਾਂਦਾ। ਐਮ ਐਲ ਏ ਸਾਹਿਬ ਨੇ ਤਾਂ ਮੈਨੂੰ ਪਹਿਲਾਂ ਹੀ ਕਹਿਤਾ ਸੀ, ਕਹਿੰਦਾ ਮੈਂ ਤੈਨੂੰ 10-15 ਦਿਨਾਂ ਦਾ ਰਿਮਾਂਡ ਹੋਰ ਲੈ ਕੇ ਦੇ ਦਿੰਦਾ। ਮੈਂ ਕਿਹਾ ਜੀ ਆ ਤਾਂ ਤੁਸੀਂ ਸਿਰੇ ਦੀ ਗੱਲ ਹੀ ਕਰਦੇ। ਵੈਰੀ ਗੁੱਡ, ਵੈਰੀ ਗੁੱਡ। ਜਦਰ ਸਿੰਘ ਚੰਡਾਲ ਆਉਂਦੇ ਮੰਦਗੀ ਪਗੂੜ। ਠੀਕ ਹੈ ਜੀ, ਠੀਕ ਹੈ, ਗੁੱਡ ਗੁੱਡ। ਆ ਕੀ ਦਾ ਕੇਸ ਆ ਮੈਡਮ ਜੀ? ਇਹ ਕਰਮਜੀਤ ਜੀ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ ਭਾਈ ਜੀ ਚੰਡਾਲ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੋਨੀ, ਕਿਵੇਂ ਜੀ ਸੋਨੀ, ਵਧੀਆ ਕਰੀ ਜਾਂਦੀ ਹੈ ਡਿਊਟੀ? ਸੋਨੀ ਤਾਂ ਵਧੀਆ ਕਰਦੀ ਆ, ਤੁਸੀਂ ਐਂ ਦੱਸੋ ਚੰਡਾਲ ਸਾਹਿਬ ਦੀ ਡਿਊਟੀ ਸੋਨੀ ਕਿਵੇਂ ਲੱਗੀ? ਉਧਰਲੀ ਡਿਊਟੀ ਤਾਂ ਮੰਤਰੀ ਸਾਹਿਬ ਉਹਦੀ ਫੁੱਲ ਕਰੀ ਜਾਂਦੇ ਆ ਜੀ। ਚਲੋ ਚੰਗੀ ਡਿਊਟੀ ਆਖਿਆ ਜੀ ਬੜਾ, ਮੈਂ ਕਹਿੰਦੀ ਕਹਿੰਦੇ ਡਾਤੇ ਤੋਤੇ ਪਾਤੇ ਮੋਸ਼ੇ। ਦੱਸ ਨਹੀਂ, ਜੇ ਕੋਈ ਕਸਰ ਰਹਿੰਦੀ ਹੋਈ ਨਾ ਰਿਮਾਂਡ ਆਪਾਂ ਹੋਰ ਲੈ ਲਾਂਗੇ। ਉਹ ਮੰਤਰੀ ਸਾਹਿਬ ਰਿਮਾਂਡ ਤਾਂ 15 ਦਿਨਾਂ ਦੀ ਬਹੁਤ ਹੈ ਜੀ। ਇਹ ਆਪਣੇ ਮੰਤਰੀ ਨਹੀਂ, ਆਪਣੇ ਐਮਐਲਏ ਸਾਹਿਬ ਜੀ ਨੇ। ਆਪਣੇ ਵਾਸਤੇ ਤਾਂ ਮੰਤਰੀ ਨੇ ਮੈਡਮ ਜੀ। ਇਹ ਤਾਂ ਹੈ। ਪਛਾਣ ਪਛਾਣ ਆਉਂਦੀ ਹੈ ਜੀ ਉਹਦੀ? ਉਹ ਪਛਾਣ ਮੈਡਮ ਜੀ ਜਦੋਂ ਤੁਰੂਗਾ ਨਾ ਉਹ ਆਇਆ ਕਰੂ, ਜਿਵੇਂ ਪਾਥੀਆਂ ਦੇ ਕੁੱਕੜ ਤੋਂ ਦਰ ਹੁੰਦਾ। ਨਾਲੇ ਇਹ ਤਾਂ ਬੰਦਾ ਮਾਰ ਕੇ ਬਾਅਦ ਚ ਪੁੱਛਦੇ ਆ ਕਿ ਕਸੂਰ ਕੀ ਸੀ। ਆਪਾਂ ਨੂੰ ਐਂ ਚਾਹੀਦਾ ਹੈਗਾ, ਬਾਹਲਾ ਉਹਦੇ ਚ ਹੰਕਾਰ ਇੰਨਾ ਭਰਿਆ ਪਿਆ ਸੀਗਾ, ਗੱਲ ਨੂੰ ਗੱਲ ਨਹੀਂ ਸਮਝਦਾ ਸੀਗਾ। ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ। ਐਮਐਲਏ ਸਾਹਿਬ ਸਭ ਤੋਂ ਪਹਿਲਾਂ ਤਾਂ ਉਹਦੀ ਧੌਲ ਚ ਗਿੱਲਾ ਸੀ, ਮੈਂ ਇਹਨੂੰ ਆਖਿਆ ਪਹਿਲਾਂ ਉਹ ਕੱਢ ਤੇ ਕੱਢਿਆ ਵਜਾ ਕੇ ਪੂਰਾ, ਬਹੁਤ ਆਕੜਦਾ ਸੀ। ਜੇ ਕਸਰ ਰਹਿੰਦੀ ਹੋਈ ਨਾ, ਪਰ ਸੇਵਾ ਚ ਕਮੀ ਨਹੀਂ ਰਹਿਣੀ ਚਾਹੀਦੀ, ਦੱਸ ਦਿਓ ਆਪਾਂ ਹੋਰ ਲੈ ਲਾਂਗੇ 2 ਦਿਨਾਂ ਰਿਮਾਂਡ। ਮੈਂ ਤੁਹਾਨੂੰ ਦੱਸਦਾ ਜੀ, ਜਾਗਦੇ ਸੌਂਦੇ ਉੱਠਦੇ ਬਹਿੰਦੇ ਉਹਨੂੰ ਐਮਐਲਏ ਸਾਹਿਬ ਦੀ ਤਸਵੀਰ ਦਿਸੂ, ਹੋਰ ਉਹਨੂੰ ਘਰ ਚ ਕੋਈ ਦਿਸਣਾ ਨਹੀਂ। ਚਲੋ ਚੰਗੀ ਗੱਲ ਆ, ਐਂ ਹੋਣਾ ਚਾਹੀਦਾ ਸੀਗਾ, ਬਹੁਤ ਐਟੀਟਿਊਡ ਦਿਖਾਉਂਦਾ ਸੀ। ਨਾਲੇ ਮੰਤਰੀ ਸਾਹਿਬ ਉਹਨੂੰ ਗਾਹਾਂ ਨੂੰ ਪਤਾ ਲੱਗ ਜੂ ਮੈਂ ਕਿਸੇ ਦੇ ਘਰੇ ਕਿਵੇਂ ਜਾਣਾ, ਐਂ ਪਤਾ ਵੀ ਲੱਗਣਾ ਚਾਹੀਦਾ। ਬਿਲਕੁਲ, ਚੱਲ ਹੁਣ ਤਾਂ ਸੀਗਾ, ਕੱਲ ਨੂੰ ਗਰੀਬ ਭੈਣ ਕਿਸੇ ਘਰੇ ਵਗ ਜੂਗਾ, ਉਹ ਵੀ ਧੀ ਭੈਣ ਸਭ ਦੇ ਸਾਂਝੀਆਂ ਹੁੰਦੀਆਂ ਗੀਆਂ, ਸਹੀ ਗੱਲ ਆ ਕਿ ਨਹੀਂ? ਮੈਂ ਤਾਂ ਚਾਤਰ ਸਿੰਘ ਨੂੰ ਇਹ ਗੱਲ ਕਿਹਾ ਵੀ ਜਿਹੜੇ ਪੈਰਾਂ ਨਾਲ ਉਹ ਐਮਐਲਏ ਸਾਹਿਬ ਦੇ ਘਰੇ ਬੜਿਆ ਸੀ, ਇਹਦੇ ਉਹ ਪੈਰ ਤੋੜ ਪਹਿਲਾਂ। ਉਹ ਮੈਡਮ ਜੀ ਪੈਰਾਂ ਨੂੰ ਤਾਂ ਉਹ ਤੁਰੇ ਨਹੀਂ ਜਾਂਦਾ ਜੀ, ਪਹਿਲਾਂ ਪੈਰਾਂ 'ਚ ਕੁੱਟਿਆ ਜੀ ਮੈਂ ਉਹ। ਚੱਲ ਤੇ ਬੰਦਾ ਚੱਲਦਾ ਹੀ ਪੈਰਾਂ ਤੋਂ ਆ ਨਾ। ਹਾਂਜੀ ਬਸ ਫਿਰ। ਉਹ ਤਾਂ ਕਹਿ ਰਿਹਾ ਸੀ ਜੀ ਵੀ ਮੈਨੂੰ ਤਾਂ ਐਮਐਲਏ ਸਾਹਿਬ ਨੇ ਬੜਾ ਕੁੱਟਿਆ ਸੀ, ਇਹੋ ਜਿਹੇ ਕੋਈ ਕਸਰ ਰਹੀ ਗਈ? ਉਹ ਨਹੀਂ, ਮੈਂ ਕਿਹੜਾ ਕੁੱਟਿਆ ਸੀ, ਇੰਨੇ ਤੋਂ ਕਰਦੇ ਹੀ ਹੁੰਦੇ ਆ ਉਹ। ਨਾਲੇ ਉਹਦੇ ਗੋਡੇ ਗੋਡੇ ਪਵਾਉਂਦੇ ਜੀ ਨਵੇਂ, ਗੋਡੇ ਪਵਾਏ ਨਹੀਂ ਕੱਢ ਜ਼ਰੂਰ ਦਿੱਤੇ। ਗੋਡੇ ਪਾਉਣੇ ਤੇ ਕਿੰਨਾ ਸਾਡਾ ਕੰਮ ਆ ਜੀ, ਆਹੋ ਹੀ ਆਪ ਹੀ ਪਾ ਲੈਂਦੇ, ਆਪ ਹੀ ਕੱਢ ਲੈਂਦੇ ਆ। ਉਹ ਫਿਰ ਸਾਰਾ ਕੰਮ ਹੀ ਜਾਣਦੇ ਹੁੰਦੇ ਆ ਨਾ ਜੀ, ਜਿਵੇਂ ਹੱਡੀਆਂ ਤੋੜਨ ਜਾਂਦੇ ਤਾਂ ਫਿਰ ਜੋੜਨ ਵੀ ਜਾਂਦੇ। ਸਰਬਸ ਤਾਂ ਉਹਦੀ ਐਂ ਕੀਤੀ ਹੈ ਜਿਵੇਂ ਚੰਗੇ ਘਰੇ ਨਿਉਂਦਾ ਪੈਂਦਾ ਹੁੰਦਾ। ਬਿਲਕੁਲ ਜੀ। ਚਲੋ ਚੰਗੀ ਗੱਲ ਆ,
ਚਾਹੀਦੀ ਵੀ ਆਏ ਆ ਬਹੁਤ ਹੀ ਹੰਕਾਰੇ ਸੀ ਸਾਰੀ ਟੀਮ ਨੂੰ ਹੁਣ ਭਾਜਣਾ ਪੈ ਰਹੀ ਆ ਵੀ ਕਿੱਥੇ ਲੁਕੀਏ ਬਾਕੀ ਉਹ ਤੁਸੀਂ ਕਹਿ ਰਹੇ ਸੀ ਮੈਡਮ ਜੀ ਕੋ ਹੋਰ ਕੌਣ ਆ ਕਰਮਜੀਤ ਨੂੰ ਵੀ ਲਿਆਉਂਦੇ ਉਹਦੀ ਜਿਹੜੀ ਰਹਿੰਦੀ ਆ ਟ੍ਰੀਟਮੈਂਟ ਉਹ ਇੱਥੇ ਹੋਊਗਾ ਹੁਣ ਤੇ ਇਹ ਆ ਜੀ ਇੱਕ ਤੁਸੀਂ ਟਰ ਆਵਾਂਗਾ ਤੁਹਾਨੂੰ ਦੱਸਿਆ ਸੀਗਾ ਤੇ ਬਸ ਚੱਕ ਲਓ ਉਹਨਾਂ ਨੂੰ ਵੀ ਬਸ 6-5 ਕੰਮ ਹੀ ਕਿਸੇ ਟਰਾਂ ਦਾ ਸਿੱਧੀ ਹੱਲ ਕਰਨਾ ਪੈਣਾ ਜੀ ਆਪਾਂ ਇਹ ਆਪਣੇ ਮਹਿਕਮੇ ਚ ਰਹਿ ਕੇ ਗਿਆ ਹੈ ਤੇ ਬੜੇ ਦਾ ਪੇਚ ਮਾਰਦਾ ਹੈ ਉਹ ਮੈਡਮ ਜੀ ਤੁਸੀਂ ਫਿਕਰ ਨਾ ਕਰੋ ਹੁਣ ਆਪਣੇ ਸਾਹਮਣੇ ਐਮਐਲਏ ਸਾਹਿਬ ਬੈਠੇ ਨੇ ਐਡੂ ਪਤਾ ਬਾਪੇ ਚ ਹੋਰ ਕਿਹੜਾ ਹੋਊਗਾ ਬਸ ਫਿਰ ਚੱਕ ਘਸੀਟੇ ਨੂੰ ਉਸੇ ਦੀ ਸਰਵਿਸ ਜ਼ਰੂਰੀ ਹੈ ਮੈਂ ਕਹਿੰਦਾ ਮੈਡਮ ਜੀ ਪਹਿਲਾਂ ਉਹਨੂੰ ਚੱਕਦੇ ਆਪਾਂ ਕੀ ਨਾਂ ਜੀ ਉਹਦਾ ਕਰਮਜੀਤ ਨੂੰ ਕਰਮਜੀਤ ਹਸਪੀਟਲ ਜਾ ਉਹਨੂੰ ਇੱਥੇ ਲੈ ਕੇ ਆਵਾਂਗੇ ਉਹ ਕਰਮਜੀਤ ਨਹੀਂ ਦੂਜੀ ਕਰਮਜੀਤ ਕਹਿੰਦੇ ਆ ਅਮਨ ਅਮਨ ਸੱਚਾ ਅਮਨ ਉਹਦਾ ਨਾ ਕੁੜੀ ਦਾ ਨਾਂ ਮੈਂ ਗਲਤ ਬੋਲ ਗਿਆ ਉਹ ਮੈਡਮ ਜੀ ਦੇਖਦਾ ਲਓ ਕਿਤੇ ਬੰਦਾ ਹੀ ਨਾ ਕਰਮਜੀਤ ਨੂੰ ਤਾਂ ਇਹ ਲਿਆਏ ਉਹ ਤਾਂ ਹਸਪੀਟਲ ਜਾ ਕਰਮਜੀਤ ਲਿਆਉਣਾ ਉਹਨੂੰ ਵੀ ਆਪਾਂ ਜਿਹੜੇ ਇਹਦੀ ਰਵੀ ਦੇ ਘਰ ਵਾਲੀ ਕੁੜੀ ਆ ਉਹਦਾ ਨਾਮ ਨਹੀਂ ਹੈ ਨਾ ਅਮਨ ਉਹਨੂੰ ਚੱਕਣਾ ਆਪਾਂ ਉਹਨੂੰ ਵੀ ਲੈ ਕੇ ਆਉਣਾ ਬਹੁਤ ਜਣੇ ਇਹ ਇੱਕ ਕੁ ਨਹੀਂ ਹੈਗਾ ਇਹ ਚ 10 ਬੰਦੇ ਆ ਚੰਡਾਲ ਸਾਹਿਬ ਇਹ ਕਹੀ ਤਾਂ ਜਾਂਦੇ ਆ ਹਸਪੀਟਲ ਚ ਇੰਨਾ ਬੰਦਾ ਕੁੱਟਿਆ ਹੈ ਨਹੀਂ ਉਹ ਸਾਰਾ ਨਾਟਕ ਕਰ ਰਿਹਾ ਹੈਗਾ ਉਹਨੇ ਵੀ ਹਸਪੀਟਲ ਚ ਰੱਖੀ ਬੈਠੇ ਤਾਂ ਹੀ ਕਹਿੰਦੇ ਚਤਰ ਸਿੰਘ ਵੀ ਉਹਨੂੰ ਹਸਪੀਟਲ ਚ ਲੈ ਕੇ ਇੱਥੇ ਸਰਵਿਸ ਕਰੀ ਗਿਆ ਉਹ ਐਮਐਲਏ ਸਾਹਿਬ ਆ ਉੱਥੇ ਟ੍ਰੀਟਮੈਂਟ ਕਿੱਥੋਂ ਹੁੰਦੀ ਆ ਜੀ ਹਸਪੀਟਲ 'ਚ ਟ੍ਰੀਟਮੈਂਟ ਤਾਂ ਅਸੀਂ ਕਰਾਂਗੇ ਜੀ ਉਹਦੀ ਉਹੀ ਮੈਂ ਕਹਿਣਾ ਨਾ ਇੱਥੇ ਕਰਨੇ ਜਾਂਦੇ ਉੱਥੇ ਆਹੀ ਤਾਂ ਮੈਂ ਕਿਹਾ ਸੀ ਨਾਟਕ ਕਰਦਾਗਾ ਸਾਰੇ ਦੇ ਨਾਟਕ ਤੁਸੀਂ ਦੱਸੋ ਜੀ ਕਿੱਦੇ ਚੱਕ ਕੇ ਲਿਆਉਣਾ ਸੀ ਤਾਂ ਆਪਣੇ ਹੱਥ 'ਚ ਹੀ ਉਹ ਜੇ ਉਹ ਨਾਟਕ ਕਰਦਾ ਜੀ ਤਾਂ ਫਿਰ ਨਾਟਕ ਵਾਲੀ ਜਗ੍ਹਾ ਤੇ ਛੱਡਿਆ ਹੋਇਆ ਉੱਥੇ ਕਿਹੜਾ ਫਿਰ ਅਸਲੀ ਡਾਕਟਰ ਨੇ ਚੱਲ ਕੋਈ ਗੱਲ ਨਹੀਂ ਹੁਣ ਕਰਦਾ ਡਾਕਟਰ ਨਾਲ ਗੱਲ ਤੈਨੂੰ ਪਤਾ ਜਦੋਂ ਬੰਦਾ ਹਸਪਤਾਲ 'ਚ ਵਗ ਜੇ ਨਾ ਫਿਰ ਉਹ ਆਪਦੇ ਬਣਾ ਲੈਂਦੇ ਹਿਸਾਬ ਤਾਂ ਹੁਣ ਕਿਹੜਾ ਛੁੱਟੀ ਦੇਣੀ ਕੋ ਜਦੋਂ ਉਹਨਾਂ ਨੇ ਛੁੱਟੀ ਦੇਤੀ ਉਦੋਂ ਸਿੱਧਾ ਇੱਥੇ ਹੀ ਆਊਗਾ ਬਸ ਉਹਦੀ ਜਿਹੜੀ ਰਹਿੰਦੀ ਛੁੱਟੀ ਆਪਾਂ ਪੂਰੀ ਕਰਨੀ ਆ ਬਸ ਉਹ ਤਾਂ ਕਰੀ ਦੇ ਗੱਲ ਨਹੀਂ ਕਾਇਕ ਤੈਨੂੰ ਬਚੂਗਾ ਅਕਸ ਨੂੰ ਆਊਗਾ ਤਾਂ ਇੱਥੇ ਨਾ ਆਪਾਂ ਰਿਮੈਂਡ ਲੈ ਲਾਂਗੇ ਉਹਦੀ ਬਸ ਵੀ ਪੁੱਛਗਿੱਛ ਕਰਨੀ ਉਹ ਤੁਸੀਂ ਮੇਰੇ ਤੇ ਛੱਡ ਦਿਓ ਬਸ ਉਸ ਤੋਂ ਬਾਅਦ ਉਹਦੀ ਸੇਵਾ ਕਰਨੀ ਆ ਆ ਚੰਡਾਲ ਸਾਹਿਬ ਪਤਾ ਹੀ ਸੇਵਾ ਕਿਵੇਂ ਕਰਦੇ ਕਰ ਹੀ ਦੇਣਗੇ ਬਸ ਤਾਂ ਪਤਾ ਹੀ ਹੈ ਜੀ ਬਸ ਫਿਰ ਵੈਸੇ ਰਵੀ ਦੇ ਕਰਾਈਏ ਦਰਸ਼ਨ ਤੁਹਾਨੂੰ ਹਾਂ ਉਸੇ ਦਰਸ਼ਨ ਕਰਨ ਹੀ ਆਏ ਆ ਆ ਸੋਨੀ ਵੀ ਕਹਿੰਦੀ ਸੀ ਜਲਦੀ ਕਰਾਓ ਜੀ ਦਰਸ਼ਨ ਮੈਂ ਤਾਂ ਦੇਖਣਾ ਚਾਹੁੰਦੀ ਆ ਕਿਉਂ ਮੈਨੂੰ ਦੇਖ ਕੇ ਪਸੀਨਾ ਆਉਣ ਲੱਗ ਜਾਂਦਾ ਤੈਨੂੰ ਪਸੀਨਾ ਛੱਡ ਉਹਦਾ ਬਾਲਾ ਕੁਛ ਆਉਣ ਲੱਗ ਜਾਂਦਾ ਤੈਨੂੰ ਦੇਖ ਆ ਦੇਖ ਲੋ ਜਨਾਬ ਕਿਉਂ ਕਰਦਾ ਗਾ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਸੀ ਮਿਲਿਆ ਆਹੀ ਮਿਲਿਆ ਸੀਗਾ ਕੋਈ ਹੋਰ ਨਾਮੇ ਆ ਬੰਦਾ ਸੱਤ ਲੈਂਦੇ ਓਏ ਕਾਫਰਾ ਹਜੇ ਕੋਈ ਉਹ ਐਂ ਕਹਿੰਦਾ ਵੀ ਵੀ ਸੇਵਾ ਘੱਟ ਹੋਈ ਬੰਦਾ ਵਧੀਆ ਬਣਾਉਣਾ ਸੀ ਆਹੀ ਗੱਲ ਆ ਨਾ ਸੇਵਾ ਦਾ ਪੁੱਛ ਨਾ ਐਮਐਲਏ ਨਹੀਂ ਹੋ ਗਈ ਨਾ 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 ਮੈਂ ਫਿਰ ਦੂਜੇ ਰੋਡ ਸਮਝ ਗਿਆ ਵੀ ਸੇਵਾ ਕਦੇ ਘੱਟ ਹੋਈ ਆ ਵੀ ਬੰਦਾ ਹੋਰ ਬਣਾਉਣਾ ਸੀਗਾ ਇਹ ਮੈਨੂੰ ਹੋਰ ਨਹੀਂ ਲੱਗ ਰਿਹਾ ਜੀ ਆ ਸ਼ੇਰ ਸੀਗਾ ਗਿੱਦੜ ਕਿਵੇਂ ਬਣ ਗਿਆ ਜੀ ਉਹ ਇੱਥੇ ਆ ਕੇ ਤਾਂ ਸਾਰੇ ਵੜ ਜਾਂਦੇ ਹੁੰਦੇ ਆ ਉਹ ਇੱਥੇ ਕਿਹੜਾ ਨਾਨਕੇ ਆਇਆ ਗਿੱਦੜੀ ਬਣੂਗਾ ਮੜਾ ਤੁਰ ਕੇ ਦਿਖਾਣਾ ਤੈਨੂੰ ਤੁਰਦੇ ਹੁੰਦੇ ਪਤਾ ਲੱਗੇ ਤੁਰਿਆ ਜਾਂਦਾ ਹੀ ਨਹੀਂ ਵੈਸੇ ਤੇ ਤੋਰ ਵਾਲੀ ਸੁਣੀ ਜੀ ਤੁਰ ਕੇ ਦਿਖਾ ਦੇ ਇੱਕ ਵਾਰੀ ਰਵੀ ਤਾਂ ਬਹੁਤ ਭਜਦਾ ਹੁਣਾ ਦਾ ਤੁਰਿਆ ਜਾਂਦਾ ਹੀ ਨਹੀਂ ਹੈ ਲੈ ਤੂੰ ਤਾਂ ਕਹਿੰਦਾ ਸੀ ਕਿ ਮੈਂ ਸ਼ੇਰ ਆ ਕੰਧਾ ਟੱਪ ਜਾਂਦਾ ਹੁਣ ਅੱਜ ਦੇਖ ਲੈ ਮੜਾ ਦਿਖਾ ਰਹਾ ਮੜਾ ਨਮੂਨਾ ਜਾ ਕੰਧ ਕੀ ਮੈਂ ਤਾਂ ਬਲਮ ਨਹੀਂ ਪੱਟੀ ਆ ਹਾਂ ਪੈਗ ਜਾ ਲਾ ਕੇ ਸ਼ੇਰ ਬਣਦਾ ਹੁੰਦਾ ਫਿਰ ਸ਼ਾਮ ਨੂੰ ਹੈ ਸਵੇਰ ਨੂੰ ਭਿੱਜੀ ਬਿੱਲੀ ਲੈ ਵੀ ਚੰਡਾਲ ਸਾਹਿਬ ਜਿਹੜੀ ਗੱਲ ਤੂੰ ਕਹੀ ਸੀ ਨਾ ਉਹੀ ਕਰਕੇ ਦਿਖਾ ਦੇ ਮੇਰੀ ਗੱਲ ਸੁਣੋ ਏ ਜ਼ਿਆਦੇ ਨਾਟਕ ਜੇ ਨਾ ਕਰ ਮਾੜਾ ਜਿਹਾ ਪੈਰਾਂ ਸਿਰ ਖੜਾ ਹੋ ਮੈਂ ਤੈਨੂੰ ਦੱਸਾਂ ਗੱਲ ਲੈ ਉੱਠ ਕੇ ਦਿਖਾ ਦੇਗਾ ਮੇਰਾ ਸੱਚੀ ਗੋਡਾ ਹਿੱਲ ਗਿਆ ਗੋਡਾ ਹਜੇ ਤਾਂ ਹਿੱਲੀ ਹੈ ਤੇਰੇ ਨਵੇਂ ਪਾਉਣਾ ਗੋਡੇ ਮੈਂ ਤੈਨੂੰ ਦੱਸਾਂ ਗੱਲ ਖੜਾ ਓਏ 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 ਮਾਂ ਮੇਰੇ ਮੇਰਾ ਤਾਂ ਸਭ ਆਪਾਂ ਆਪਾਂ ਹੁਣ ਆਪਦੇ ਆਪ ਤੋਰਾ ਹਜੇ ਤੈਨੂੰ ਹੋ ਹੀ ਹੋਇਆ ਆਏ ਕਹਿੰਦੀ ਸੀ ਤੈਨੂੰ ਬਸ ਕੋਈ ਨਹੀਂ ਬਹਿ ਜਾ ਦੇਖ ਲਿਆ ਦੇਖ ਲਿਆ ਮੰਤਰੀ ਮੰਤਰੀ ਦੀ ਕੁੜੀ ਚੱਕ ਲਈ ਫਿਰ ਯਾਰ
ਮੁਲਾਜ਼ਮ ਬਣ ਜਾਂਦਾ ਆਹੀ ਕੰਮ ਕਰਨੇ ਸਿੱਖੇ ਬਸ ਆਹੀ ਸਿਖਾਇਆ ਮਾਂ ਪਿਓ ਨੇ ਆਹੀ ਸਿਖਾਇਆ ਉਹ ਐਮ ਐਲ ਏ ਸਾਹਿਬ ਇਹੋ ਜਿਹੇ ਢੀਠ ਬੰਦੇ ਮੁਲਾਜ਼ਮ ਦੇ ਕਾਬਲ ਨੇ ਹਜੇ ਝਾਕਣਾ ਮੇਰੇ ਬਣੀ ਹੋ ਇਹ ਝੱਕ ਨੀ ਛੱਤਰ ਪਵਾ ਦਿੰਦੇ ਇਹਦੇ ਮੈਨੂੰ ਵੀ ਆਈ ਗੁੱਸਾ ਆਇਆ ਟੇਡੇ ਟੇਡਾ ਜੇ ਝਾਕਦੇ ਮੈਨੂੰ ਬਹੁਤ ਗੁੱਸਾ ਆਉਂਦਾ ਇਹਦੇ ਤੇ ਮਾਰ ਮਾਰ ਪਤਾ ਚੰਬੀ ਢੇਰ ਦੂੰ ਹੁਣ ਮੈਂ ਸੱਚੀ ਸੁਧਰ ਗਿਆ ਮੈਂ ਆ ਸੱਚੀ ਤਾਂ ਮੈਂ ਹਜੇ ਸੁਧਰ ਰਿਹਾ ਤੈਨੂੰ ਮੈਂ ਦੱਸੂ ਜਦੋਂ ਤੂੰ ਸੁਧਰ ਗਿਆ ਤੈਨੂੰ ਮੈਂ ਦੱਸੂਗਾ ਪਿੱਛੋਂ ਅਸੀਂ ਕਹਿ ਦਿੰਦੇ ਮਾਂ ਪਿਓ ਨੇ ਆਹੀ ਗੁੱਸਾ ਆਇਆ ਡੰਡਾ ਕਿੱਥੇ ਤੇਰਾ ਜਵਾਨਾਂ ਨਾਲ ਕੰਮ ਲਈ ਨਾ ਤੂੰ ਡੰਡੇ ਨਾਲ ਕੰਮ ਲਾ ਲਾਤਾ ਤੂੰ ਬਾਤ ਤੇ ਕਿੱਥੇ ਮੰਨਣ ਵਾਲੇ ਆ ਮੈਡਮ ਜੀ ਡੰਡਾ ਇੱਥੇ ਨਹੀਂ ਵਰਤੀ ਦਾ ਡੰਡਾ ਇਹਦੇ ਕਮਰੇ ਚ ਵਰਤੀ ਦਾ ਮੈਂ ਕਹਿੰਦੀ ਦੀ ਇੱਥੇ ਵੀ ਕਰਦੇ ਸਰਵਿਸ ਉਹ ਕਰੂ ਮੈਡਮ ਜੀ ਕਿਉਂ ਚੰਡਾ ਸਾਹਿਬ ਹਾਂਜੀ ਇੱਕ ਗੱਲ ਦੱਸਾਂ ਆਪਾਂ ਕਹਿਦਾ ਦਿੰਦੇ ਹਾਂ ਵੀ ਮਾਂ ਪਿਓ ਨੇ ਆਹੀ ਕੁਛ ਸਿਖਾਇਆ ਗਾ ਮਾਂ ਪਿਓ ਤਾਂ ਨਹੀਂ ਸਿਖਾਉਣਾ ਹੁੰਦਾ ਵੀ ਆਹ ਕੰਮ ਕਰੋ ਮਾਂ ਪਿਓ ਤਾਂ ਇਹ ਹੁੰਦਾ ਗਾ ਵੀ ਮੇਰਾ ਪੁੱਤ ਵੱਡਾ ਤੋਂ ਕੁਛ ਨਾ ਕੁਛ ਬਣੂਗਾ ਆਹ ਦੇਖ ਲਾ ਮੁੜ ਕੇ ਮਾਂ ਪਿਓ ਬਦਨਾਮ ਹੋ ਜਾਂਦਾ ਐਮ ਐਲ ਏ ਸਾਹਿਬ ਕੋਈ ਕਹਿੰਦਾ ਵੀ ਸਾਡਾ ਪੁੱਤ ਨਸ਼ੇੜੀ ਬਣੇ ਬਸ ਫਿਰ ਜਾਂ ਕੋਈ ਇਹੋ ਜਿਹੇ ਕੰਮ ਕਰੇ ਮਾਂ ਪਿਓ ਦਾ ਕੋਈ ਕਸੂਰ ਨਹੀਂ ਹੈਗਾ ਗੱਲ ਫਿਰ ਮਾਂ ਪਿਓ ਤੇ ਉਹਨੇ ਤੇ ਬਿਲਕੁਲ ਆਉਂਦੀ ਹੈ ਜੀ ਦੇਖ ਮੈਂ ਵੀ ਪਹਿਲਾਂ ਕਹਿੰਦਾ ਮਾਂ ਪਿਓ ਨੇ ਆਹੀ ਸਿਖਾ ਪਰ ਮਾਂ ਪਿਓ ਤੇ ਇਹ ਗੱਲ ਸਮਝਦਾ ਨਹੀਂ ਹੁੰਦਾ ਮਾਂ ਪਿਓ ਤੇ ਇਹ ਗੱਲ ਕਹਿੰਦਾ ਹੁੰਦਾ ਮੇਰਾ ਪੁੱਤ ਵੱਡਾ ਕੋਈ ਕਿਉਂਕਿ ਅਫਸਰ ਬਣੇ ਸਾਡਾ ਨਾਂ ਰੋਸ਼ਨ ਹੋਊ ਆਹ ਦੇਖ ਲਾ ਨਾਂ ਰੋਸ਼ਨ ਕਰਦੇ ਆ ਇੱਕ ਮਿੰਟ ਰਨ ਉਹ ਮਾੜਾ ਮੋਟਾ ਸੋਚ ਲਓ ਮਾਂ ਪਿਓ ਬਣੀ ਸੋਚ ਲਾ ਆਪਣੇ ਬਣੀ ਤਾਂ ਨਹੀਂ ਸੋਚਣਾ ਵੀ ਉਹਨਾਂ ਨੇ ਪਾਲ ਕੇ ਬਾਰੇ ਕਾਹਦੇ ਵਾਸਤੇ ਕਰਿਆ ਉਹ ਪਿੰਡ ਵਾਲੇ ਕੀ ਕਹਿੰਦੇ ਆਉਂਦੇ ਸੋਚ ਲਿਆ ਕਰੋ ਮਾੜਾ ਮੋਟਾ ਕੁਛ ਉਹਨਾਂ ਨੇ ਵੀ ਜਾ ਕੇ ਚਾਰ ਮਿੰਟਾਂ 'ਚ ਫੜਨਾ ਹੁੰਦਾ ਤਾਂ ਨਾ ਰੋਸ਼ਨ ਹੁੰਦਾ ਨਾ ਤਾਂ ਹੋ ਗਈ ਰੋਸ਼ਨ ਹੋ ਗਿਆ ਹੁਣ ਆਏ ਕਰਕੇ ਕਹਿੰਦਾ ਮੈਨੂੰ ਹੁਣ ਦੂਜੀ ਲੋਟ ਰੋਸ਼ਨ ਹੋ ਗਿਆ ਦੇਖ ਲਾ ਆਹ ਦੁਬਾਰੇ ਚੜਾਈ ਉਹਨੂੰ ਉਸ ਨੂੰ ਪਤਾ ਜਾ ਐਮ ਐਲ ਏ ਸਾਹਿਬ ਮੈਂ ਤਾਂ ਕਹਿੰਦਾ ਚਾਰ ਕਹਿੰਦਾ ਸਰ ਮੰਡ ਹੋਰ ਦਿਓ ਮੈਨੂੰ ਉਸ ਤਰ੍ਹਾਂ ਹੀ ਲਾ ਦੋ ਜੀ ਇਹਦੇ ਇਹਨਾਂ ਨੇ ਬਾਜੇ ਸਾਰੇ ਇਹਨਾਂ ਦੇ ਉਡਾ ਦੇ ਬਹੁਤ ਪਟਾਉਣਾ ਬਹੁਤ ਭੜੇ ਲੱਗਦੇ ਮੈਨੂੰ ਆਏ ਰੱਖੀ ਬਿਠਾ ਜਿਵੇਂ ਬਾਹਲਾ ਵੱਡਾ ਕੰਮ ਕਰਦੇ ਹੁੰਦੇ ਆ ਇਹਦਾ ਇਹਨਾਂ ਨੇ ਪਹਿਲੇ ਨਵੇਂ ਆਉਣ ਵਾਲੇ ਕਰਤੇ ਨਵੇਂ ਤਾਂ ਆਉਣਗੇ ਇਹਦੇ ਸਾਰਾ ਸਿਰ ਪੱਟ ਜਦੋਂ ਤੁਸੀਂ ਕੰਮ ਹੀ ਇਹੋ ਜਿਹੇ ਕਰਦੇ ਹੋ ਐਂ ਕਰਾਂਗੇ ਦੋ ਚਾਰ ਦਿਨ ਤੁਹਾਨੂੰ ਹੋਰ ਮੌਕਾ ਦੇ ਦੇਵਾਂ ਥੋੜ੍ਹੀ ਥੋੜ੍ਹੀ ਸੇਵਾ ਜਿਹਾ ਕਰਦਾ ਰਹੀ ਤੈਨੂੰ ਠੀਕ ਹੈ ਐਮ ਐਲ ਏ ਸਾਹਿਬ ਫਿਕਰ ਨਾ ਕਰੋ ਪਾਪ ਆਦੂ ਮੈਂ ਤਾਂ ਪਾਪ ਚਦਰ ਸਿੰਘ ਚੰਡਾਲ ਕਹਿੰਦੇ ਨੇ ਮੈਨੂੰ ਬਸ ਉਹਨਾਂ ਚਿਰ ਹਟੇ ਉਹਨਾਂ ਜੀ ਜਿੰਨਾ ਚਿਰ ਇਹਦੇ ਪਾਣੀ ਪੈਂਦੀ ਆਪਣੇ ਕੋਲੇ ਆ ਆਪਾਂ ਕੀ ਕੁਛ ਲੈਣ ਜਾਣਾ ਜੀਜੂ ਜੀ ਕਹਿੰਦੀ ਸੀ ਮਾੜਾ ਮੋਟਾ ਕਰਦੀ ਹੋਰ ਮੈਂ ਕਹਿੰਦਾ ਜੀ ਤੁਸੀਂ ਬਾਹਰ ਤਾਂ ਜਾਓ ਹਜੇ ਮੈਨੂੰ ਐਂ ਲੱਗਦਾ ਤੇਲ ਵੱਧ ਖਾਂਦਾ ਗਾ ਉਹ ਥੋੜੀ ਗੱਲਾਂ ਦੇ ਕੁਛ ਨਹੀਂ ਹੁੰਦਾ ਕੋਈ ਚੱਕਰ ਨਹੀਂ ਮੈਡਮ ਜੀ ਥੱਲੇ ਨਾ ਤੂੰ ਮੇਰੇ ਥਾਣੇ ਚ ਪ੍ਰਾਹੁਣਾ ਆਇਆ ਵੀ ਤੇਰੀ ਸੇਵਾ ਕਰੀਏ ਹੈ ਹਜੇ ਤੈਨੂੰ ਸਮਾਰ ਕੇ ਕੁੱਟਿਆ ਨੀ ਗੱਲ ਸੁਣੋ ਬੋਲਦਾ ਕਿਵੇਂ ਚੱਲ ਕੋਈ ਗੱਲ ਨੀ
ਇਹਨੂੰ ਵੀ ਬੋਲ ਕੇ ਦੇਖ ਰਹੇ ਸੇਵਾ ਕਰਨੀ ਆ ਉਦੋਂ ਕਰਦੇ ਕੋਈ ਲੱਗੀ ਜਾਂਦਾ ਵੀ ਖਰੀ ਐਮਐਲਏ ਕੋਲੇ ਖੜ ਕੇ ਕਰਾਈ ਜਾਂਦਾ ਇਹਨੂੰ ਬਹਿਣ ਹੋ ਜਾਂਦਾ ਮੈਂ ਦੇਖਣੇ ਆਇਆ ਸੀ ਮਾੜਾ ਜਾ ਮੈਂ ਤਾਂ ਜਿੰਨਾ ਹੋਇਆ ਫਾਇਦਾ ਤਾਂ ਭਾਵੇਂ ਕਰਾ ਦਿਆ ਹਜੇ ਟ੍ਰੇਲਰ ਸ਼ੁਰੂ ਹੋਇਆ ਜਵਾਨ ਬੰਦ ਕਰ ਕੋਈ ਗੱਲ ਨੀ ਅੱਜ ਤੇ ਮੈਂ ਤੋੜਨਾ ਜਵਾਨ ਚ ਮੇਰੇ ਦੋਸਤੋ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਨੀ ਹੈ ਬੇਨਤੀ ਇਹ ਹੈ ਕਿ 10,000 ਸਾਡੇ ਸਬਸਕ੍ਰਾਈਬ ਪੂਰੇ ਕਰਾ ਦਿਓ 5,500 ਸਬਸਕ੍ਰਾਈਬਰ ਹੋ ਗਿਆ ਪਲੀਜ਼ ਸਾਰੇ ਦੋਸਤਾਂ ਰਿਸ਼ਤੇਦਾਰਾਂ ਤੋਂ ਮੇਰਾ ਪੇਜ ਚੰਨੀ ਵਾਲਿਆਂ ਵਾਲੀ ਫੋਲੋ ਕਰਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਬਈ 2 ਮਹੀਨੇ 'ਚ ਫੋਲੋ ਕਰਵਾਉਣੇ ਹੁੰਦੇ 10,000 ਪਰ 10 ਕੁ ਦਿਨ ਹੀ ਰਹਿ ਗਏ ਪਲੀਜ਼ ਤਾਂ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੇਜ ਨੂੰ ਫੋਲੋ ਕਰ ਲਓ ਜੇ ਫੋਲੋ ਕਰੋਗੇ ਮੈਨੂੰ 4 ਰੁਪਏ ਆਉਣ ਲੱਗ ਜਾਣਗੇ ਤਾਂ ਆਪਦੇ ਮੈਂ ਬੱਚੇ ਵਧੀਆ ਪਾਲ ਲੂੰਗਾ ਵੀ ਤੁਹਾਡੀ ਮਦਦ ਤੁਸੀਂ ਪਤਾ ਦਿਲ ਖੋਲ੍ਹ ਕੇ ਕਿਹੜੇ ਆਪਾਂ ਪੰਜਾਬੀ ਬੰਦੇ ਹੁੰਦੇ ਆ ਦਿਲ ਖੋਲ੍ਹ ਕੇ ਮਦਦ ਕਰਦੇ ਆ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਪਰ ਮੇਰੇ ਚੈਨਲ ਨੂੰ ਫੋਲੋ ਕਰ ਲਓ ਚੰਨੀ ਵਾਲਿਆਂ ਵਾਲੀ ਅਤੇ ਆਪਦੇ ਯਾਰ ਦੋਸਤਾਂ ਤੋਂ ਵੀ ਫੋਲੋ ਕਰਵਾ ਦਿਓ 1-2 ਫੋਲੋ ਕਰਵਾਓਗੇ ਤੁਹਾਡਾ ਕੁਝ ਪੈਸਾ ਨਹੀਂ ਲੱਗਣਾ ਮੇਰੇ ਗਰੀਬ ਦੀ ਦੁਕਾਨ ਚੱਲ ਪਊ ਵਧੀਆ ਅਤੇ ਸਾਰਿਆਂ ਦਾ ਧੰਨਵਾਦ ਹੈ ਅਤੇ ਬਹੁਤ ਪਿਆਰ ਦੇ ਰਹੇ ਹੋ ਸਾਡੀ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ